चरण अरविंद जिसमें अमृत ज्ञान है नानक भगत वैराग श्री गुरु ग्रंथ साहिब उदत बंदा कर अनुराग श्री गुरु शब्द कमाए जन जीते पंच विकार तिन संतन को बंदना फिर चरणन करतार श्लोक शेख फरीद के एक ओंकार सतगुर प्रसाद फरीदा खिंचड़े मेखा अगलिया जिंद न काई मेख मारी आपो अपनी चले मसायक सेख फरीदा खिंचड़े मेखा अगलिया जिंद न काई मेख वाहिगुरु जी का खालसा वाहिगुरु जी की फतेह। चल रही बाबा फरीद जी के श्लोकों की कथा 40 श्लोक कथा आप जी ने पिछले दिन श्रवण की थी। बहुत सारे उपदेश बाबा फरीद जी ने लोगों राही सिक्ख्या दी जीवन जाच आदक एक दिन बाबा फरीद जी जंगल में जा रहे सन। बड़ा एक नामवर फकीर जिन्हें इस इलाके के लोग बड़ा मानते हैं अंदरला भवन भी नहीं टिकया है पर बाहर जिहड़ा चोगा पाया हुआ छपनी पाई हुई है उन्हों पाखियां ला ला के सड़ोपे ला ला के सिंहरे ने ते लोकां विच प्रभाव बने ते बड़ा फकर बड़ा त्यागी है। जदों के मन की हालत पढ़ी बाबा फरीद जी ने तो कई आपके नौ सुहागन रखा लेंगे जो अगले श्लोक भी आ रहे ने वो भी इसे दे परखाए है। सुहागन नाम रखाने के नाल नहीं गल बननी की कहते हैं बाबा फरीद जी आप जी ताकता बख्शो आप जी ने फानका सुनी ते बेंतरी भाव की ने कर सरवण जी कहते भाई तू तो चोगे खपने वड्डियां टाकियां ला रहे हैं जी कहते जिंद नू भी कहते मन सहज मन टका के लाने की भी ला कहते ओदे पथा एक करी फेर पड़ो जी कहते कहते तू ये भी सोचिया आ जेड़ा सूखम ते स्थूल दो वखरे कई मानते ने आत्मा नहीं होंगी क्यों जह जहां विचार सुननिया मत के उत्ते पर्दा पै जाता सह संग थोड़ी जी पढ़ाई करनी अभ्यास कोई ना होना जीवन के जिनी गुरबाणी है
ਇਹ ਗਿਆਨੀਆਂ ਦੀ ਨਹੀਂ ਕਿਸੇ ਦੀ, ਇਹ ਅਭਿਆਸੀਆਂ ਦੀ ਹੈ। ਬੰਦਗੀ ਵਾਲਿਆਂ ਦੇ ਲੋਕ ਨੇ ਜਿਹੜੇ ਆਪ ਜੀ ਸਰਵਣ ਕਰ ਰਹੇ, ਉਹ ਤਾਂ ਪਹਿਲਾਂ ਹੀ ਕਹਿੰਦੇ ਗਿਆਨ ਨਾ ਜਾਣਾ, ਧਿਆਨ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਉਹਨਾਂ ਨੂੰ ਇਹ ਪਤਾ ਵੀ ਰੱਬ ਵੱਡਾ, ਅਤੇ ਉਹਨਾਂ ਨੂੰ ਇਹ ਵੀ ਪਤਾ ਵੀ ਉਹ ਸਧਾਰਨ ਸੰਗ ਵੀ ਹੈ, ਬੁਰੇ ਕੰਮਾਂ ਤੋਂ ਬਚੇ ਰਹਿੰਦੇ, ਅਤੇ ਬੰਦੇ ਵਿੱਚ ਕੂੜ ਪ੍ਰਚਾਰ ਹੋਊਗਾ ਵੀ ਅੱਗੇ ਕੁਛ ਵੀ ਨਹੀਂ ਹੈਗਾ, ਉਹਦੇ ਸਾਰੇ ਪਥਾਏ ਅੱਗੇ ਬਚਨ ਪੜੋ ਜੀ। ਕਹਿੰਦੇ ਭਾਈ ਕਿਤੇ ਅਗਲੀਆਂ ਭਾਵ ਜਿਹੜੇ ਅੰਦਰਲੀ ਗੱਲ ਦੱਸਦੇ ਨੇ ਵੀ ਅੰਦਰ ਤੇਰੇ ਇੱਕ ਹੈਗਾ, ਸਰੀਰ ਦੇ ਵਿੱਚ 72 ਕਰੋੜ 72 ਲੱਖ 72,202 ਨਾੜਾਂ ਨੇ ਸਾਧ ਸੰਗਤ ਦੇ, ਸੰਤ ਗਿਆਨੀ ਗੁਰਭਜਨ ਸਿੰਘ ਅਤੇ ਹੋਰ ਮਹਾਂਪੁਰਖ ਦੀ ਬੰਦਗੀ ਵਾਲੇ ਦੱਸਦੇ ਨੇ। ਕਹਿੰਦੇ ਕਦੇ ਤੂੰ ਉਹਨੂੰ ਸਾਧਣ ਬਾਰੇ ਸੋਚਿਆ ਕਿਤੇ? ਬਾਹਰੋਂ ਇਕੱਲਾ ਭੇਖ ਦਿਖਾ ਕੇ ਅਤੇ ਤੂੰ ਸਾਧੂ ਭਾਵ ਫਕੀਰ ਬਣਨਾ ਚਾਹੁੰਦਾ? ਇੱਕ ਦਿਨ ਗਿਆਨੀ ਪ੍ਰਭਾਕਰ ਸਿੰਘ ਮੋਗੇ ਦੇ ਰਹਿਣ ਵਾਲੇ, ਚਾਰ ਜਾਣੇ ਨਾਲ 3 ਹੋਰ ਸਾਈਕਲਾਂ 'ਤੇ, ਕਹਿੰਦੇ ਆਪਾਂ ਗੁਰਬਾਣੀ ਦੀ ਸੋਝੀ ਤਾਂ ਬੜੀ ਲੈ ਲਈ ਪਰ ਗੱਲ ਬਣੀ ਨਹੀਂ। ਕਹਿੰਦੇ ਬਾਬਾ ਨੰਦ ਸਿੰਘ ਜਿਹੜੇ ਨਾਨਕਸਰ ਰਹਿੰਦੇ ਮਹਾਂਪੁਰਖ, ਉੱਥੇ ਝਿੜੀ ਦੇ ਵਿੱਚ ਬੜੇ ਪਹੁੰਚੇ ਹੋਏ ਨੇ, ਗੁਰੂ ਨਾਨਕ ਦੇ ਦਰਸ਼ਨ ਨਹੀਂ ਇਕੱਲੇ ਹੁੰਦੇ, ਹੱਥੀਂ ਪ੍ਰਸ਼ਾਦਾ ਵੀ ਛਕਾਉਂਦੇ, ਸੇਵਾ ਕਰਦੇ ਉਹਨਾਂ ਦੀ ਵੀ। ਚਲੋ ਚੱਲ ਗਏ, ਨਾਲੇ ਪਰਖੀਏ ਉਹਨਾਂ ਨੂੰ, ਅਤੇ ਨਾਲੇ ਮਨ ਵਿੱਚ ਇੱਕ ਇਹ ਵੀ ਫੁਰਨਾ ਬਣਾ ਲਿਆ ਉਹਨਾਂ ਨੇ ਵੀ ਉਹਨਾਂ ਚਿਰ ਆਪਾਂ ਛਕਣਾ ਨਹੀਂ ਉਹਨਾਂ ਕੁਛ, ਜਿੰਨਾ ਜਾ ਕੇ ਸਾਧੂ ਦਰਸ਼ਨ ਨਹੀਂ ਹੁੰਦੇ। ਹੁਣ ਜਿਹੜੇ ਮੇਰੇ ਵਰਗੇ ਫੇਸਬੁੱਕਾਂ ਸਾਰੀ ਦਿਹਾੜੀ TV ਦੇ ਮੂਹਰੇ ਬੈਠੇ ਰਹਿਣਾ ਅਤੇ ਉਹਨੂੰ ਦਰਸ਼ਨ ਵਾਲੀ ਤਾਂ ਸ਼ਬਦ ਹੀ ਨਹੀਂ ਸਮਝ ਆਉਂਦੇ। ਮਨ ਫੱਕ ਚੁੱਕਿਆ ਅਤੇ ਸੁੱਕੀਆਂ ਗੱਲਾਂ ਸੁਣਨ ਨੂੰ ਦਿਲ ਕਰਦਾ ਸਾਰੀ ਦਿਹਾੜੀ, ਮਨ ਵਿਕਾਰੀ ਹੋ ਚੁੱਕਿਆ ਅਤੇ ਵਿਕਾਰ ਹੀ ਭਾਉਂਦਾ, ਮਨਮੁੱਖ ਹੋਰ ਹੀ ਗੱਲਾਂ। ਕਹਿੰਦੇ ਨੇ ਮਨਮੁੱਖਾਂ ਦੀਆਂ ਹੋਰ ਹੀ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਜਦੋਂ ਗਿਆਨੀ ਪ੍ਰਭਾਕਰ ਸਿੰਘ ਹੋਣੀ 3 ਜਣੇ ਨਾਲ ਨੇ ਅਤੇ ਨਾਨਕਸਰ ਪਹੁੰਚੇ ਅਤੇ ਮਨ ਦਾ ਪਹਿਲੇ ਫੁਰਨਾ ਬਣਾਇਆ ਕਿ ਉਹਨਾਂ 'ਤੇ ਛਕਣਾ ਕੁਛ ਨਹੀਂ, ਇੱਕ ਤਾਂ ਸਾਧੂ ਦੇ ਦਰਸ਼ਨ, ਇੱਕ ਅਸੀਂ ਸੁਣਦੇ ਹਾਂ ਵੀ ਜਿਹੜਾ ਸਾਧੂ ਹੁੰਦਾ ਉਹਦਾ ਰੋਮ ਰੋਮ ਅਤੇ ਗੁਰਮੁਖ ਰੋਮ ਰੋਮ ਹੱਥਿਆ ਵੇ, ਇਕੱਲੇ ਇਕੱਲੇ ਰੋਮ 'ਚੋਂ ਗੁਰੂ ਗੁਰੂ ਦੀ ਆਵਾਜ਼ ਆਉਂਦੀ। ਅਤੇ ਜੇ ਪੂਰਨ ਸਾਧੂ ਨੇ ਸਾਡੇ ਮਨ ਦੀ ਇਹ ਵੀ ਗੱਲ ਬੁੱਝਣ ਅਤੇ ਅਗਲੀ ਗੱਲ ਅਤੇ ਸਾਨੂੰ ਗੁਰੂ ਨਾਨਕ ਦੇ ਦਰਸ਼ਨ ਵੀ ਕਰਾਉਣ, ਇਹ ਗੱਲਾਂ ਉਹਨਾਂ ਦੀਆਂ ਜਿਨ੍ਹਾਂ ਨੇ ਟਾਕੀਆਂ ਅੰਦਰ ਲਾਈਆਂ ਹੋਈਆਂ, ਬਾਹਰ ਲਿਆਉਂਦਿਆਂ ਨਹੀਂ। ਜਿਸ ਸਮੇਂ ਪਹੁੰਚੇ ਨਾਨਕ ਸਾਹਿਬ ਨੇ ਦੱਸਿਆ ਵੀ ਇੱਥੇ ਬਾਬਾ ਜੀ ਝਿੜੀ 'ਚ ਨਹੀਂ ਹੈਗੇ, ਝੋਲਡਾ ਨਗਰ ਦੇ ਵਿੱਚ ਬੱਸੀਆਂ ਤੋਂ ਅੱਗੇ ਪੈਂਦਾ, ਜਿੱਥੋਂ ਦੇ ਬਾਬਾ ਈਸ਼ਾ ਸਿੰਘ ਜੀ ਹੋਏ ਬਾਅਦ ਵਿੱਚ। ਜਿਸ ਸਮੇਂ ਜਗਰਾਉਂ ਤੋਂ ਬੱਸੀਆਂ ਵਾਲੇ ਰਾਹ ਪਾਇਆ, ਸਾਈਕਲ ਪਾਇਆ ਅਤੇ ਮੂਹਰਲੀ ਹਵਾ 'ਤੇ ਬੱਸ ਹੋ ਗਏ। ਗਰਮੀਆਂ ਦੇ ਦਿਨ ਨੇ, ਦੁਪਹਿਰ ਦੇ 2:30 ਵੱਜ ਗਏ, ਪਾਣ ਲੱਗਾ, ਰਸਤਾ ਕੱਚਾ ਸੀ। ਬੱਸੀਆਂ ਪਹੁੰਚੇ ਅਤੇ ਝੋਡਾਂ ਦਾ ਰਾਹ ਪੁੱਛੇ, ਅਖੀਰ ਨੂੰ ਲੱਗਿਆ ਵੀ ਬੜਾ ਮੁਸ਼ਕਿਲ ਹੈ, ਟਿੱਬੇ ਹੈਗੇ 1.5 ਲੱਖ ਮਾਲ ਵੀ ਹੁਣ ਥੋੜ੍ਹਾ ਪੱਧਰਾ ਹੋਇਆ, 40 ਸਾਲ ਪਹਿਲਾਂ ਵੀ ਬੜੇ ਟਿੱਬੇ ਕਾਹੀ ਅਤੇ ਬੜਾ ਦਿਨ ਦੇ ਵਿੱਚ ਹੀ ਪਏ ਹੋਣ। ਜਿਸ ਸਮੇਂ ਹਲੇ ਝੋਲਡਾਂ ਤੋਂ ਪਿੱਛੇ ਨੇ, ਹੁਣ ਸਮਝ ਆ ਗਈ ਕਿ ਮਨ ਨੂੰ ਵੀ ਜਿਹੜੇ ਅਸੀਂ ਹਮਲੇ ਵਿੱਚ ਅਰਦਾਸ ਕਰ ਲਈ ਅਤੇ ਤਾਂ ਹੁਣ ਸਾਨੂੰ ਪਹੁੰਚਣਾ ਬੜਾ ਮੁਸ਼ਕਿਲ ਲੱਗਦਾ, ਬੜੇ ਨਿੱਕੇ ਪੈ ਰਹੇ, ਰਸਤਾ ਵਾਰ ਵਾਰ ਭੁੱਲ ਰਹੇ ਹਾਂ, ਬੇਨਤੀ ਮਾਫ਼ੀ ਮੰਗੀ।
ਪਾਪੇ ਦੇ ਮੂੰਹ ਲਪੇਟੇ ਵਾਲਾ ਘੋੜ ਸਵਾਰ ਆਇਆ ਉਸੇ ਸਮੇਂ। ਅੱਗੋਂ ਆ ਕੇ ਉਹਨੇ ਕਿਹਾ ਬਾਬਾ ਨਾਨਕ ਸਿੰਘ ਮਿਲਣ ਗੱਲ ਪਹਿਲੇ ਦੱਸੀ, ਕਹਿੰਦੇ ਹਾਂਜੀ ਆਓ ਮੇਰੇ ਪਿੱਛੇ। ਪਿਛਲੇ ਰਾਹ ਪਹਿਲਾਂ ਤੋਂ ਪਾਉਂਦਾ ਹੈ ਝੋਲਡਾਂ ਤੋਂ ਨੱਥੋਵਾਲ ਨੂੰ ਜਿਹੜਾ ਰਸਤਾ ਜਾਂਦਾ ਉਹਦੇ ਉੱਤੇ ਬੇਰੀਆਂ ਦੇ ਥੱਲੇ ਲੈ ਗਿਆ, ਦੱਸਿਆ ਵੀ ਇੱਥੇ ਨੇ। ਉੱਥੇ ਛੋਟੀਆਂ ਛੋਟੀਆਂ ਫੁੱਲੀਆਂ ਬੰਨੀਆਂ ਨੇ, ਅਭਿਆਸ ਹੋ ਰਿਹਾ, ਅੱਡੋ ਅੱਡ ਗਰਮਾ ਪਿਆਰੇ ਬੰਦ ਕੀ ਕਰਦੇ। ਜਾ ਮਿਲੇ ਭਾਈ ਰਾਮ ਸਿੰਘ ਨੂੰ ਜਿਹੜੇ ਮੁੱਖ ਸੇਵਾਦਾਰ ਸਨ, ਬੇਨਤੀ ਲਾਈ ਬਾਬਾ ਜੀ ਨੂੰ ਮਿਲਣਾ, ਦਰਸ਼ਨ ਕਰਨੇ ਸਾਧੂ ਦੇ, ਅਤੇ ਕਿਹਾ ਹੁਣੇ ਅੰਦਰ ਗਏ ਨੇ ਕੁਛ ਸਮਾਂ ਪਹਿਲਾਂ ਆਪ ਜੀ ਨੂੰ ਉਡੀਕਣਾ ਪੈਣਾ। ਬਾਅਦ ਵਿੱਚ ਸ਼ਾਮਾਂ ਦਾ ਸਮਾਂ ਨੇੜੇ ਆਇਆ, ਭਾਈ ਮੇਵਾ ਸਿੰਘ ਦੇ ਮਿਲ ਕੇ ਅਤੇ ਬੇਨਤੀ ਲਾਈ, ਅੰਦਰ ਗਏ ਸਾਧੂ ਉਹੀ ਹੈ ਜਿਹੜਾ ਬੁੱਝ ਲਵੇ ਅੰਦਰਲੀ ਗੱਲ। ਅਤੇ ਜਦੋਂ ਪਹੁੰਚੇ ਅਤੇ ਬਾਬਾ ਜੀ ਕਹਿੰਦੇ ਭਾਈ ਤੂੰ ਪਰਖਣ ਦਾ ਸਾਨੂੰ ਮਨ ਬਣਾ ਲਿਆ। ਬਾਬਾ ਜੀ ਨੇ ਇਹ ਵੀ ਬਚਨ ਕੀਤਾ ਜਦੋਂ ਇਕੱਲੇ ਸੁੱਕੀ ਪਰਖ ਹੋਵੇ ਗੁਰੂ ਦੀ ਸਾਧੂ ਦੀ ਭਾਵੇਂ ਦੇ ਮਾਂ ਪਿਓ ਵੀ ਹੋਵੇ ਦੁਨਿਆਵੀ ਵਿੱਚ ਪ੍ਰੇਮ ਨਾ ਹੋਵੇ ਅਤੇ ਗੱਲ ਨਹੀਂ ਬਣਦੀ। ਕਹਿੰਦੇ ਤੁਸੀਂ ਜਿਹੜਾ ਉਹਨਾਂ ਬਣਾ ਕੇ ਤੁਰੇ ਸੀ ਕਿ ਛਕਾਂਗੇ ਬਾਅਦ ਵਿੱਚ ਪਹਿਲਾਂ ਦਰਸ਼ਨ ਅਤੇ ਰੋਮ ਰੋਮ ਪਰਖਣ। ਅਤੇ ਅਗਲੀ ਗੱਲ ਕਿ ਸਾਨੂੰ ਮਹਾਰਾਜ ਦੇ ਦਰਸ਼ਨ ਕਰਾਉਣ ਹੁਣ ਗਿਆਨੀ ਜੀ ਉਹਨਾਂ ਦਾ ਪ੍ਰਭਾਕਰ ਸਿੰਘ ਉਹਨਾਂ ਦਾ ਮਨ ਭਰ ਗਿਆ, ਸਿਰ ਨੀਵਾਂ ਹੱਥ ਬੰਨੇ ਨੇ ਅਤੇ ਬੁੱਲ ਜਿੱਥੇ ਫੜਕਦੇ ਨੇ ਅਤੇ ਮਾਫੀਆਂ ਮੰਗੀ ਜਾਂਦੇ, ਮਾਫ਼ ਕਰ ਦਿਓ ਮਹਾਂਪੁਰਸ਼, ਪਹਿਲਾਂ ਕਦੇ ਸੰਗਤ ਨਹੀਂ ਆਉਂ ਕੀਤੀ ਸੀ ਅਤੇ ਪਤਾ ਨਹੀਂ ਸੀ ਪੂਰਨ ਸਾਧੂਆਂ ਦੀ ਖੇਡ ਕਿੱਡੀ ਹੁੰਦੀ ਸੀ। ਜਦੋਂ ਮਾਫੀਆਂ ਮੰਗੀਆਂ ਅਤੇ ਬਾਬਾ ਜੀ ਨੇ ਅਗਲਾ ਬਚਨ ਕੀਤਾ ਵੀ ਜੀਵਨ ਵਿੱਚ ਕਿਤੇ ਹੱਠ ਨਹੀਂ ਕਰਨਾ, ਹੱਠ ਕਰਕੇ ਜੇ ਕਹੋ ਤਾਂ ਹਮੇ ਦੀ ਕੰਧ ਬਣ ਜਾਂਦੀ ਹੈ ਅਤੇ ਗੁਰੂ ਨਾਲ ਹੀ ਖੜਾ ਸਾਹਮਣੇ ਵਿਹਦਾ ਨਹੀਂ। ਬਾਬੇ ਕਹਿੰਦੇ ਕੋਲੇ ਆਵੇ, ਜਦੋਂ ਕੋਲੇ ਬੁਲਾਇਆ ਅਤੇ ਸਾਧ ਸੰਗਤ ਕਹਿੰਦੇ ਖੱਬਾ ਹੱਥ ਪੁੱਠਾ ਕਰਕੇ ਜਦੋਂ ਕਾਂਧੇ ਨਾਲ ਲਾਇਆ ਅਤੇ ਪ੍ਰਭਾਕਰ ਸਿੰਘ ਗਿਆਨੀ ਪ੍ਰਭਾਕਰ ਸਿੰਘ ਨੇ ਲਿਖਿਆ ਹੈਗਾ ਅਤੇ ਰੋਮਾਂ 'ਚ ਮੈਨੂੰ ਵਾਹਿਗੁਰੂ 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 ਦੀਆਂ ਵਾਜਾਂ ਸੁਣੀਆਂ, ਕੱਲੀਆਂ ਸੁਣੀਆਂ ਨਹੀਂ, ਜਿਹੜੇ ਕਿ ਅੱਧੀ ਰਾਤ ਤੋਂ ਉੱਪਰਲੇ ਸਮੇਂ ਤੱਕ ਉੱਥੇ ਸੁਸਮਾਦ ਤਿਰਿਆ ਮਨ। ਫਿਰ ਬਾਬਾ ਜੀ ਨੇ ਉਦਾਹਰਨ ਦਿੱਤੀ ਵੀ ਦੇਖ ਭਾਈ ਰਾਮ ਚੰਦਰ ਜੀ ਵੀ ਹੋਏ ਅਵਤਾਰ, ਰਾਵਣ ਨੂੰ ਜਦੋਂ ਮਾਰਨਾ ਜਦੋਂ ਮਾਰਨਾ ਕੀਤਾ ਉਹਨਾਂ ਨੇ ਅਤੇ ਜੰਗ ਦੀ ਜਦੋਂ ਸਮਾਪਤੀ ਹੋਈ ਉਸ ਤਾਂ ਵਿਭੀਸ਼ਣ ਨੇ ਖੁਸ਼ ਹੋ ਕੇ ਅਤੇ ਹੀਰਿਆਂ ਦੀ ਮਾਲਾ ਦਿੱਤੀ, ਬਹੁਤ ਮਹਿੰਗੇ ਮੁੱਲ ਦੀ ਸੀ ਅਤੇ ਬਹੁਤ ਜਦੋਂ ਮਹਿੰਗੇ ਮੁੱਲ ਦੀ ਮਾਲਾ ਦਿੱਤੀ ਭਗਵਾਨ ਰਾਮ ਚੰਦਰ ਦੇ ਗਲ ਵਿੱਚ ਉਹਨਾਂ ਨੇ ਪਾਈ ਅਤੇ ਉਹਨੇ ਲਾ ਕੇ ਸੀਤਾ ਦੇ ਦਿੱਤੀ। ਸੀਤਾ ਨੇ ਖੁਸ਼ ਹੋ ਕੇ ਹਨੂੰਮਾਨ ਦੇ ਗਲ 'ਚ ਪਾ ਦਿੱਤੀ ਅਤੇ ਇਹ ਵੀ ਗੱਲ ਕਹੀ ਵੀ ਮੇਰੇ ਮਨ 'ਚ ਉਦੋਂ ਜਦੋਂ ਤੂੰ ਮੈਨੂੰ ਸੁਨੇਹਾ ਲੈ ਕੇ ਆਇਆ ਸੀ ਤੂੰ ਅਤੇ ਮੇਰੇ ਮਨ ਦਾ ਉਦੋਂ ਦਾ ਹੀ ਸੀ ਫੁਰਨਾ ਕਿ ਕੋਈ ਮੈਨੂੰ ਬਹੁਤ ਮੁੱਲੀ ਚੀਜ਼ ਮਿਲੇ ਅਤੇ ਮੈਂ ਤੈਨੂੰ ਦੇਵਾਂ। ਜਦੋਂ ਦਿੱਤੀ ਹਨੂੰਮਾਨ ਬਾਹਰ ਨਿਕਲਿਆ ਲਿਜਾ ਕੇ ਅਤੇ ਇਕੱਲੀ ਇਕੱਲੀ ਮਾਲਾ ਜਿਹੜੀ ਹੀਰਿਆਂ ਦੀ ਬਣੀ ਹੋਈ ਆ ਅਤੇ ਪੱਥਰ ਮਾਰ ਮਾਰ ਕੇ ਤੋੜ ਕੇ ਦੇਖ ਰਿਹਾ ਅਤੇ ਕਿਸੇ ਨੇ ਆ ਕੇ ਅੰਦਰ ਦੱਸਿਆ ਵੀ ਉਹਨੇ ਤਾਂ ਜਿਹੜੀ ਹੀਰਿਆਂ ਦੀ ਸਾਰੀ ਮਾਲਾ ਤੋੜ ਦਿੱਤੀ। ਅੰਦਰ ਬੁਲਾ ਲਿਆ ਗਾ ਫਿਰ
ਜਦੋਂ ਬੁਲਾਇਆ ਤੇ ਤਾੜਨਾ ਹੋਣ ਲੱਗੀ। ਮੈਂ ਤੂੰ ਉਹੀ ਬਾਂਦਰਾਂ ਵਾਲੇ ਕੰਮ ਕੀਤੇ, ਤੂੰ ਜਿਹੜੀ ਤੈਨੂੰ ਮਾਲਾ ਦਿੱਤੀ ਸੀ ਇੰਨੇ ਮਹਿੰਗੇ ਮੁੱਲ ਦੀ, ਤੂੰ ਸਾਰੀ ਤੋੜ ਦਿੱਤੀ, ਤੈਨੂੰ ਕਦਰ ਨਹੀਂ ਤੂੰ ਪਾਈ। ਅੱਖਾਂ ਭਰੀਆਂ ਨੇ ਅਤੇ ਜਵਾਬ ਦਿੱਤਾ, ਮੈਨੂੰ ਨਹੀਂ ਇਹਦਾ ਮੁੱਲ ਦਾ ਕੋਈ ਪਤਾ, ਮੈਂ ਤਾਂ ਇਹੀ ਲੱਭ ਰਿਹਾ ਸੀ ਕਿ ਮੇਰਾ ਰਾਮ ਵਿੱਚ ਦਿਸ ਜਾਵੇ ਕਿਤੇ। ਮੈਂ ਸੋਚਿਆ ਤੁਸੀਂ ਮੈਨੂੰ ਬਹੁਤ ਪ੍ਰੇਮ ਨਾਲ ਦਿੱਤੀ, ਸ਼ਾਇਦ ਮੇਰੇ 'ਚ ਰਾਮ ਲੱਭੂਗਾ, ਮੈਨੂੰ ਰਾਮ ਦਾ ਨਾਮ ਸੁਣੂਗਾ, ਮੈਨੂੰ ਉਹਦੇ ਦਰਸ਼ਨ ਹੋਣਗੇ। ਮੈਂ ਤਾਂ ਸਿਰਫ ਉਹੀ ਚੀਜ਼ ਆਪਦੇ ਸਰੀਰ 'ਤੇ ਪਾਉਣਾ ਜਾਂ ਆਪਦੇ ਸਰੀਰ ਨਾਲ ਹੰਢਾਉਣਾ ਜਿਹਦੇ ਨਾਲ ਮੇਰਾ ਪਿਆਰ ਪਵੇ। ਇਹ ਸੁਣ ਕੇ ਅਤੇ ਸੀਤਾ ਦੀ ਵੀ ਨੀਵੀਂ ਪੈ ਗਈ। ਬਾਬਾ ਨਾਨਕ ਸਿੰਘ ਨੇ ਇਹ ਸਾਖੀ ਸੁਣਾਈ ਅਤੇ ਕਿਹਾ, ਜਿਹੜਾ ਤੂੰ ਉਸ ਤੋਂ ਬਾਹਰੋਂ ਇਕੱਲਾ ਡੰਬਰ ਬਣਾਇਆ ਹੋਇਆ, ਦਾਤ ਤੂੰ ਲਈ ਨਹੀਂ, ਅੰਮ੍ਰਿਤ ਤੂੰ ਛਕਿਆ ਨਹੀਂ, ਨਾ ਤੂੰ ਇਕੱਲਾ ਨਾਲ ਗਿਆਨੀ ਰਖਾਈ ਬੈਠਾ। ਜੇ ਤੂੰ ਚਾਹੁੰਦਾ ਦਰਸ਼ਨ, ਅੰਮ੍ਰਿਤ ਵੀ ਛਕਣਾ ਜ਼ਰੂਰੀ ਆ। ਫਿਰ ਰਹਿ ਤਾਂ ਫਿਰ ਸਾਰੀਆਂ ਰਹਿਤਾਂ ਦੱਸੀਆਂ ਬਾਬਾ ਜੀ, ਕਿਵੇਂ ਕਿਵੇਂ ਅਭਿਆਸ ਕਰਨਾ ਬੰਦ ਜੀ। ਮਨ ਬਹੁਤ ਭਰਿਆ ਹੋਇਆ ਅਤੇ ਬੇਨਤੀ ਕੀਤੀ, ਬਾਬਾ ਜੀ ਆਏ ਆਪ ਜੀ ਕੋਲ ਪੂਰਨ ਸਾਧੂਆਂ ਕੋਲ ਅਤੇ ਕਿਰਪਾ ਕਰੋ, ਜਿਹੜੀ ਅਖੀਰਲੀ ਇੱਛਾ ਪੂਰੀ ਕਰ ਦਿਓ। ਅਤੇ ਬਾਬਾ ਜੀ ਨੇ ਵਚਨ ਕੀਤਾ, ਹੁਕਮ ਕੀਤਾ ਕਿ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਅਮਰ ਛਕਣਾ ਤੂੰ। ਅਤੇ ਫਿਰ ਜਦੋਂ ਕਿਹਾ, ਜਿਹੜਾ ਹੱਥ ਲਾਇਆ ਸੀਗਾ ਉਹ ਸਿਮਨ ਸੁਣਦਾ ਸੀ, ਅਤੇ ਬਾਬਾ ਜੀ ਕਹਿੰਦੇ ਬੈਠ ਪਿਆ ਸਮਾਂ ਖੇਡ ਵਰਤੂਗੀ। ਉਸ ਜਗ੍ਹਾ ਦੇ ਉੱਤੇ ਫਿਰ ਮਹਾਰਾਜ ਦੀ ਕਿਰਪਾ ਹੋਈ, ਉਸ ਸਮੇਂ ਵਿੱਚ ਗਿਆਨੀ ਪ੍ਰਭਾਕਰ ਸਿੰਘ ਉਹਨਾਂ ਨੂੰ ਮਹਾਰਾਜ ਦੇ ਗੁਰਨਾਮ ਪਾਤਸ਼ਾਹ ਦਰਸ਼ਨ ਹੋਏ ਅਤੇ ਦਮਦਮਾ ਸਾਹਿਬ ਉਸ ਅਸਥਾਨ ਦਾ ਨਾਮ ਰੱਖਿਆ ਗਿਆ ਮਹਾਰਾਜ ਦੀ ਯਾਦ ਵਿੱਚ। ਭਾਵ ਜਿਹੜੇ ਪੂਰਨ ਸਾਧੂ ਹੁੰਦੇ ਅੰਦਰਲੇ ਨੂੰ ਮੰਨਦੇ ਆ, ਅਸੀਂ ਬਾਹਰ ਜੋਰ ਲਾਉਂਦੇ। ਫਿਰ ਇੱਕ ਵਾਰੀ ਪੜੋ ਜੀ, ਵਰੀਦਾ ਖਿੰਥੜੇ ਮੇਖਾ ਅਗਲੀਆ ਜਿੰਦ ਨਾ ਕਾਈ ਮੇਖ। ਤੂੰ ਬਾਹਰਲੇ ਵਿੱਚ ਪਿਆ ਰਿਹਾ, ਤੂੰ ਅੰਦਰਲਾ ਕਸ, ਅੰਦਰਲੇ ਨੂੰ ਠੀਕ ਸੋਧ, ਜਿਹਦੇ ਕਰਕੇ ਤੈਨੂੰ ਅਗਲੀ ਬਖਸ਼ਿਸ਼ ਮਿਲੇ ਜੀ। ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਮਸਾਇਕ ਭਾਵ ਜਿਹੜੇ ਬੜੇ ਕੰਮ ਕਰਨ ਵਾਲੇ, ਕਹਿੰਦੇ ਇੱਥੇ ਵਾਰੀ ਆਉਣੀ ਹੈ, ਵੱਡੇ ਵੱਡੇ ਸ਼ੇਖ ਵੀ ਮਸਾਇਕ ਭਾਵ ਜਿਹੜੇ ਬੜੇ ਕੰਮ ਕਰਨ ਵਾਲੇ, ਜਿਨ੍ਹਾਂ ਨੇ ਆਪਦੇ ਪਰਿਵਾਰਾਂ ਵਾਸਤੇ ਬਹੁਤ ਕੰਮ ਕੀਤਾ, ਬੜੇ ਪੈਸੇ ਜੋੜੇ। ਆਪ ਜੀ ਨੇ ਨਮਰੂਦ ਬਾਦਸ਼ਾਹ ਬਾਰੇ ਵੀ ਆਪ ਜੀ ਨੂੰ ਪਿਛਲੇ ਹਫ਼ਤੇ ਦੱਸਿਆ ਸੀ, ਦਿਖਾਇਆ ਸੀ ਕਿੱਡਾ ਅਮੀਰ ਬਾਦਸ਼ਾਹ ਸੀ ਅਤੇ ਕਰੋੜਾਂਪਤੀ ਹੁੰਦਿਆਂ ਹੋਇਆ ਵੀ ਉਹਨੂੰ ਖਾਲੀ ਹੱਥ ਜਾਣਾ ਪਿਆ। ਬੇਅੰਤ ਸਾਖੀਆਂ ਆਪ ਜੀ ਨੇ ਪਿਛਲੇ ਹਫ਼ਤੇ ਵੀ ਸਰਵਣ ਕੀਤੀਆਂ ਸੀਗੀਆਂ, ਮਾਲ ਧਨ ਜੋੜਿਆ ਭਇਆ ਭਰਾਇਆ, ਜਿਹੜਾ ਆਹ ਬਾਹਰਲਾ ਡੰਬਰ ਬਣਿਆ ਨਾ ਇਹ ਇੱਥੇ ਰਹਿ ਜਾਣਾ ਸਾਧ ਸੰਗਤ, ਜਿਹੜਾ ਜਪਿਆ ਨਾਮ ਬੰਦਗੀ ਰੱਖੀ ਰਹਿਤ ਇਹ ਅੱਗੇ ਕੰਮ ਆਉਣੀ ਹੈ ਜੀ। ਫਰੀਦਾ ਦੋਹੋ ਦੀਵੀ ਬੁਲੰਦਿਆ ਮਲਕ ਬਹਿਠਾ ਆਏ। ਕੋਈ ਆ ਗਿਆ ਬਾਬਾ ਫਰੀਦ ਜੀ ਕੋਲ ਅਤੇ ਆ ਕੇ ਲੱਗਾ ਬੇਨਤੀ ਕਰਨ, ਮੈਨੂੰ ਦੱਸੋ ਫਕਰ ਸਾਈਂ ਕਿ ਜਦੋਂ ਲੈਣ ਵਾਲੇ ਆਉਂਦੇ ਹਨ ਕਿ ਉਹ ਅੱਖਾਂ ਬੰਦ 'ਤੇ ਆਉਂਦੇ ਆ ਕਿ ਖੁੱਲ੍ਹੀਆਂ 'ਤੇ ਆਉਂਦੇ ਆ, ਉਹ ਦੱਸ ਕੇ ਆਉਂਦੇ ਆ ਕਿ ਦੇਖਦੇ ਹੁੰਦੇ ਆ ਕਿ ਲੁਕਵੇਂ ਆਉਂਦੇ ਆ। ਜਦੋਂ ਬਾਬਾ ਫਰੀਦ ਜੀ ਨੇ ਉਹਦੀ ਸਾਰੀ ਗੱਲ ਸੁਣੀ, ਉਹਦੇ ਪਥਾਏ ਹੁਣ ਬਸ ਹਾਂਜੀ ਸਲੋਕ ਉਚਾਰਿਆ ਜੀ। ਦੋਹੋਂ ਦੀਵੀ ਬੁਲੰਦਿਆ ਮਲਕ ਬਹਿਠਾਇਆ। ਦੋਹੋਂ ਦੀਵੀ ਬੁਲੰਦਿਆ ਭਾਵ ਖੱਬੇ ਅਤੇ ਸੱਜਾ ਨੇਤਰ, ਮਲਕ ਬਹਿਠਾਇਆ ਭਾਵ ਮਲਕ ਕੌਣ ਹੈਗੇ, ਧਰਮ ਰਾਜਾ ਜਮਦੂਤ, ਇਹ ਆਪ ਬਹਿੰਦੇ ਖੜ ਜਾਂਦੇ ਆ ਕੇ ਜਾਂਦੇ ਮੁਰ ਦੋ ਦੀਵੇ, ਇਹ ਚੰਦ ਅਤੇ ਸੂਰਜ ਕਰ ਸਕਦੇ, ਭਾਵ ਦਿਨੇ ਵੀ ਆ ਸਕਦੇ ਅਤੇ ਰਾਤ ਨੂੰ, ਉਹਨਾਂ ਦਾ ਕੋਈ ਸਮਾਂ ਨਹੀਂ, ਬਿਨ ਦੱਸਿਆਂ ਹੀ ਲੈ ਜਾਏ। ਕਹਿੰਦੇ ਬਿਨਾਂ ਦੱਸਿਆਂ ਲੈ ਜਾਂਦੇ, ਕਰੀ ਫੇਰ ਪੜੋ ਜੀ। ਫਰੀਦਾ ਦੋਹੋਂ ਦੀਵੀ ਬੁਲੰਦਿਆ ਮਲਕ ਬਹਿਠਾਇਆ। ਸੱਤ ਅਤੇ ਚੇਤਨ, ਵੈਸੇ ਸੱਤ ਚੇਤਨ ਪਰਮਾਤਮਾ ਨੂੰ ਪਿੰਡ, ਸੱਤ ਭਾਵ ਮੈਨੂੰ ਪਤਾ, ਚੇਤਨ ਮੈਂ ਅਵੇਅਰ ਹਾਂ ਹਰੇਕ ਗੱਲ ਤੋਂ, ਮੈਂ ਸੋਚੀ ਵਾਲਾ ਗਿਆਨ ਵਾਲਾ। ਆਪਾਂ ਆਮ ਕਹਿੰਦੇ ਵੀ ਸਿਰਫ ਸਾਨੂੰ ਗਿਆਨ ਚਾਹੀਦਾ, ਅਤੇ ਜੇ ਗਿਆਨ ਹੈ ਤਾਂ ਤੁਹਾਡੇ ਉੱਤੇ ਧਰਮ ਰਾਜਾ ਕਾਮਰੂਪ ਕਿਵੇਂ ਕਰ ਜਾਣ, ਕ੍ਰੋਧ ਲੋਭ ਮੋਹ ਅਤੇ ਹੰਕਾਰ ਦੁਆਇਸ਼ ਭਾਵਨਾ ਨਿੰਦਿਆ ਕਿਵੇਂ ਹੋ ਜਾਂਦੀ ਹੈ, ਚੁਗਲੀਆਂ ਕਿਵੇਂ ਹੋ ਜਾਂਦੀਆਂ, ਭਾਵ
ਇਹ ਜਿਹੜੇ ਆ ਕੇ ਤੁਹਾਡੇ ਤੇ ਹਾਂਜੀ ਫੇਰ ਪੜੋ ਜੀ ਫਰੀਦਾ ਦੋਹੋ ਦੀਵੀ ਬਲੰਦਿਆ ਮਲਕ ਬਹਿਠਾਇਆ ਉਹ ਤੁਹਾਡੀਆਂ ਅੱਖਾਂ ਖੁੱਲੀਆਂ ਦੇ ਵਿੱਚ ਆਪਾਂ ਦੇਖਦੇ ਹਾਂ ਕਈ ਵਾਰ ਬੰਦਿਆਂ ਦੇ ਰੰਗ ਕਾਲੇ ਪੈ ਜਾਂਦੇ ਕੀਲ ਸਨ ਇਹ ਤੁਹਾਡੇ ਦੇਖਦੇ ਉਹਨੇ ਆ ਜਾਣਾ ਜੀ ਗੜ ਲੀਤਾ ਘੱਟ ਲੁੱਟਿਆ ਦੀਵੜੇ ਗਿਆ ਬੁਝਾਇਆ ਕਹਿੰਦੇ ਉਹਨੇ ਤੁਹਾਡੇ ਗੜ ਪਾਵਾ ਕਿਲੇ ਦੇ ਵਿੱਚੋਂ ਅਸਲੀ ਖੇਡ ਨੂੰ ਖਿੱਚ ਲੈਣਾ ਫਿਰ ਬਸ ਜਿਹੜੀ ਵਿੱਚੋਂ ਖੇਡ ਨਿਕਲ ਜਾਣੀ ਹੈ ਤੇ ਖੜੇ ਚੰਗੇ ਭਲੇ ਗਿਆਨ ਇੰਦਰਾਂ ਨੇ ਬੰਦ ਹੋ ਜਾਣ ਉਦੋਂ ਫਿਰ ਕੌਣ ਹੋਊਗਾ ਤੇ ਜੇ ਗੁਰੂ ਵਾਲੇ ਹੋਏ ਤੇ ਫਿਰ ਜਮਾਂ ਦੀ ਮਾਰ ਨਹੀਂ ਪਿਛਲੇ ਦਿਨ ਵੀ ਸਰਵਣ ਕੀਤਾ ਸੀ ਭਾਈ ਭਜਨ ਸਿੰਘ ਹੋਣਾ ਨੇ ਮਲੇਸ਼ੀਆ ਵਾਲਿਆਂ ਨੇ ਪਹਿਲਾਂ ਦੱਸਿਆ ਸੀ ਵੀ ਜਦੋਂ ਮੈਂ ਜਾਣਾ ਮੈਂ ਗੁਰਮੁਖ ਹਾਂ ਮੈਂ ਜਮਾਂ ਦੀ ਮਾਰ ਨਹੀਂ ਖਾਣੀ ਜਮ ਨਹੀਂ ਲੈਣ ਆਉਣਗੇ ਮੈਨੂੰ ਸਿੰਘ ਲੈਣ ਆਉਣਗੇ ਮਲਕੀਤ ਕੌਰ ਅਤੇ ਹੋਰ ਗੁਰਸਿੱਖਾਂ ਨੇ ਆਪ ਜੀ ਨੇ ਸਾਖੀਆਂ ਸੁਣੀਆਂ ਜਿਨ੍ਹਾਂ ਨੇ ਪ੍ਰਮਾਣ ਵੀ ਦਿੱਤੇ ਜਾਣ ਤੋਂ ਪਹਿਲਾਂ ਇੰਨੇ ਵਜੇ ਸਾਡਾ ਸਮਾਂ ਪੂਰਾ ਹੋਣਾ ਅਤੇ ਇਤਿਹਾਸਕ ਜਿਹੜੇ ਗੁਰਮੁਖ ਹੁੰਦੇ ਆ ਗੁਰਮੁਖ ਹੱਸਦਾ ਜਾਏ ਅੰਤ ਨਾ ਹਾਰਿਆ ਕਈ ਗੁਰਮੁਖ ਹੁੰਦੇ ਅੰਮ੍ਰਿਤ ਤਾਂ ਛਕਿਆ ਹੁੰਦਾ ਪਰ ਰਹਿਤ ਪੂਰੀ ਨਹੀਂ ਹੁੰਦੀ ਉਹਨਾਂ ਦੇ ਕੀ ਹੁੰਦਾ ਹੁਣ ਦੱਸਣ ਕਰਕੇ ਪੜੋ ਜੀ ਫਰੀਦਾ ਵੇਖ ਕਪਾਹੈ ਜੇ ਥੀਆ ਜੇ ਸਿਰ ਥੀਆ ਤਿਲਾ ਫਿਰ ਆ ਕੇ ਪੁੱਛ ਲਿਆ ਕਹਿੰਦੇ ਬਾਬਾ ਜੀ ਫਿਰ ਇੱਕ ਦੱਸੋ ਮੈਨੂੰ ਵੀ ਜੇ ਉਹ ਲੈਣ ਵਾਲੇ ਆਉਂਦੇ ਅੱਖਾਂ ਖੁੱਲੀਆਂ 'ਚ ਲੈ ਜਾਂਦੇ ਆ ਸਾਹਮਣੇ ਲੈ ਜਾਂਦੇ ਆ ਅਤੇ ਜਿਹੜੇ ਪਾਪ ਕਰਦੇ ਫਿਰ ਉਹਨਾਂ ਤੋਂ ਕੋਈ ਅੱਗੇ ਤੰਗੀ ਨਹੀਂ ਆਉਂਦੀ ਹੋਣੀ ਉਹ ਤਾਂ ਬਚ ਜਾਂਦੇ ਹੋਣਗੇ ਬਾਬਾ ਫਰੀਦ ਜੀ ਨੇ ਫਿਰ ਉਹਦੇ ਜਿਹੜੇ ਕਿਉਂ ਉਥਾਨਕਾ ਸਾਧ ਸੰਗਤ ਇਹ ਸੀਨੇ ਪਸੀਨੇ ਆਉਂਦੀਆਂ ਨੇ ਜੇ ਉਥਾਨਕਾ ਹੀ ਨਾ ਆਪਾਂ ਪਤਾ ਹੋਵੇ ਤਾਂ ਫਿਰ ਇਹਨਾਂ ਗੁਰਬਾਣੀ ਪੜ੍ਹਨ ਸੁਣਨ ਦਾ ਉਹਨਾਂ ਲਾਭ ਨਹੀਂ ਹੁੰਦਾ ਉਥਾਨਕਾ ਦੇ ਨਾਲ ਸ਼ਬਦ ਖੁੱਲ੍ਹਦਾ ਅਤੇ ਪਤਾ ਲੱਗਦਾ ਵੀ ਉਹਦੇ ਅਰਥ ਕੀ ਨੇ ਭਾਵ ਕੀ ਸੀ ਸਮਾਂ ਕੀ ਸੀ ਕਿਵੇਂ ਅਤੇ ਜਦੋਂ ਉਹਨੇ ਆ ਕੇ ਕੀਤੀ ਬੇਨਤੀ ਕਿ ਜਿਹੜੇ ਮਾੜੇ ਕੰਮ ਕਰਨ ਵਾਲੇ ਆ ਉਹਨਾਂ ਨਾਲ ਕੀ ਹੁੰਦਾ ਅੱਗੇ ਫਿਰ ਬਾਬਾ ਫਰੀਦ ਜੀ ਨੇ ਛੇ ਤਰ੍ਹਾਂ ਦੇ ਉਦਾਹਰਨਾਂ ਦਿੱਤੀਆਂ ਇਸ ਸਲੋਕ ਦੇ ਵਿੱਚ ਵੀ ਕਿਵੇਂ ਕਿਵੇਂ ਉਹਨਾਂ ਨੂੰ ਤੰਗੀ ਤਕਲੀਫ ਹੁੰਦੀ ਹੈ ਕਿਵੇਂ ਉਹਨਾਂ ਨੂੰ ਖੋਇਆ ਜਾਂਦਾ ਮਹਾਰਾਜ ਬਚਨ ਵਿਆਨ ਬਿਖਮ ਲੰਦੀ ਚਾਹੇ ਤਰਨਾ ਭਾਵ ਉਹ ਬਿਖ ਦੀ ਪੀਕ ਅਤੇ ਲਹੂ ਦੀ ਭਰੀ ਹੋਈ ਹੈ ਬਦਬੂ ਨਾਲ ਤੇਲ ਲਿਕੜਾ ਹੈ ਅਤੇ ਤਪਤ ਸਮ ਗੱਲ ਆ ਜਿਹੜੇ ਵਕਾਰ ਕਰਦੇ ਨੇ ਉਹਨਾਂ ਛਾਤੀਆਂ ਨੂੰ ਤੱਤੇ ਥੰਮ ਲਾਏ ਜਾਂਦੇ ਪਰ ਸਾਨੂੰ ਜੇ ਉਥਾਨਕਾ ਦੇ ਸਮੇਤ ਨਾ ਸੁਣੀ ਹੋਵੇ ਤਾਂ ਸਮਝ ਨਹੀਂ ਆਉਂਦੀ ਜਦੋਂ ਕੀਤੀ ਬੇਨਤੀ ਤਾਂ ਫਿਰ ਬਾਬਾ ਫਰੀਦ ਜੀ ਨੇ ਸਲੋਕ ਉਚਾਰਿਆ ਜੀ ਫਰੀਦਾ ਵੇਖ ਪਾਹੇ ਜੇ ਥੀਆ ਜੇ ਸਿਰ ਥੀਆ ਤਿਲਾ ਫਰੀਦਾ ਵੇਖ ਪਾਹੇ ਜੇ ਥੀਆ ਕਹਿੰਦੇ ਤੂੰ ਦੇਖ ਕਪਾਹ ਨਾਲ ਕੀ ਹੁੰਦਾ ਉਹਨੂੰ ਪਹਿਲਾਂ ਬੀਜਿਆ ਜਾਂਦਾ ਸਾਡਾ ਜਨਮ ਹੁੰਦਾ ਫਿਰ ਵੱਡੀ ਹੋ ਜਾਂਦੀ ਫਿਰ ਉਹਨੂੰ ਫੁੱਟੀਆਂ ਲੱਗਦੀਆਂ ਅਤੇ ਫਿਰ ਸਾਧ ਸੰਗਤ ਉਹਨੂੰ ਚੁਗਿਆ ਜਾਂਦਾ ਵਿੱਚ ਫਿਰ ਉਹਨੂੰ ਕਪਾਹ ਦੇ ਬੂਟੇ ਨੂੰ ਕਿਵੇਂ ਪੱਟਿਆ ਜਾਂਦਾ ਫਿਰ ਉਹਨੂੰ ਬਾਲਿਆ ਜਾਂਦਾ ਫਿਰ ਜਿਹੜੀਆਂ ਕੋਈ ਟੀਂਡੇ ਹੁੰਦੇ ਆ ਜਿਹਦੇ ਵਿੱਚ ਫੁੱਟੇ ਤੋਂ ਬਗੈਰ ਰਹਿ ਜਾਂਦੇ ਆ ਅਤੇ ਉਹਨੂੰ ਧੁੱਪ ਵੀ ਲਵਾਈ ਜਾਂਦੀ ਹੈ ਫਿਰ ਉਹਨੂੰ ਤੁਹਾਡੇ ਖਿੱਚਾ ਤੋਂ ਵਿਜੋਜ ਕੀਤੀ ਜਾਂਦੀ ਫੁੱਟਦੇ ਵੀ ਨੇ ਕਈ ਥਾਵਾਂ ਅਤੇ ਉਹ ਟੀਂਡਿਆਂ ਨੇ ਮੂੰਹ ਖੁੱਲ੍ਹ ਜਾਣ ਫਿਰ ਅੱਗੇ ਹੁਣ ਕਈ ਵਿੱਚ ਬਜ਼ੁਰਗ ਬੈਠੇ ਉਹ ਸਮਝਣਗੇ ਕਈ ਨੌਜਵਾਨ ਬੱਚਿਆਂ ਨੂੰ ਸ਼ਾਇਦ ਨਾ ਸਮਝ ਆਉਂਦੇ ਫਿਰ ਉਹਨੂੰ ਲੈ ਕੇ ਜਾਂਦੇ ਹਾਂ ਫਿਰ ਕਪਾਹ ਨੂੰ ਜਦੋਂ ਫਿਰ ਰੂੰ ਵੱਖਰੀ ਕਰ ਲਿੱਤੀ ਜਾਂਦੀ ਹੈ ਅਤੇ ਵੜੇਵੇਂ ਵੱਖਰੇ ਅਤੇ ਫਿਰ ਰੂੰ ਨੂੰ ਫਿਰ ਬਾਅਦ 'ਚ ਚਰਖਿਆਂ 'ਤੇ ਚੜਾਉਂਦੇ ਫਿਰ ਜਿਹੜੇ ਗਲੋਟੇ ਹੁੰਦੇ ਆ ਫਿਰ ਉਹਦੇ ਸੂਤ ਬਣਦਾ ਸੂਤ ਦੇ ਫਿਰ ਵਸਤਰ ਬਣਦੇ ਭਾਵ ਕਿਵੇਂ ਤੁੰਬ ਤੁੰਬ ਹੋ ਗਿਆ ਉਹਦਾ ਫਿਰ ਚਲੋ ਬਣ ਜਾਂਦਾ ਅਤੇ ਫਿਰ ਉਹਨੂੰ ਬਾਅਦ 'ਚ ਖੱਡੀ 'ਤੇ ਚੜਾਇਆ ਜਾਂਦਾ ਵਸਤਰ ਤਿਆਰ ਹੁੰਦਾ ਫਿਰ ਉਹ 'ਤੇ ਕਿੰਨੀ ਵਾਰ ਉਹਨੂੰ ਕੈਂਚੀ ਨਾਲ ਕੱਟਿਆ ਜਾਂਦਾ ਰੰਗਿਆ ਜਾਂਦਾ ਉਹਨੂੰ ਕਿੰਨੀ ਵਾਰ ਸੂਈ ਲੰਘਦੀ ਉਹਦੇ ਵਿੱਚ ਨਹੀਂ ਸਿਉਂਤਾ ਜਾਂਦਾ ਫਿਰ ਅਕੀਰ ਨੂੰ ਫਿਰ ਘੱਸਦਾ ਅਤੇ ਪਾੜਦਾ ਭਾਵ
ਇੱਕ ਜੀਵਨ ਮਿਲਿਆ ਸੀ ਤੇ ਕਿੰਨੀਆਂ ਤਕਲੀਫਾਂ ਮਿਲੀਆਂ। ਹਾਂਜੀ ਅੱਗੇ ਪੜ੍ਹੋ ਜੀ। ਜੇ ਸਿਰ ਥੀਆ ਤਿਲਾ ਤੇ ਕਹਿੰਦੇ ਇੱਕ ਆਹ ਵੀ ਤੁਸੀਂ ਦੇਖੋ ਸੁਣੋ, ਦੂਜੀ ਉਧਾਰ ਦਿੱਤੀ ਤਿਲ ਦੀ, ਤਿਲ ਬੀਜੇ ਜਾਂਦੇ ਕਈ ਤਾਂ ਬਵਾੜ ਵਾਂਗ ਬੂਟੇ ਫੈਲ ਕੇ ਰਹਿ ਜਾਂਦੇ, ਸਾਧ ਸੰਗਤ ਉਹ ਖੇਤ ਵਿੱਚ ਖੜ੍ਹੇ ਹੀ ਰਹਿ ਜਾਂਦੇ ਅਤੇ ਜਿਹੜੇ ਖੇਤ ਵਿੱਚ ਸਵਾਹ ਬਣ ਜਾਂਦੀ ਹੈ ਉਹਨਾਂ ਨੂੰ ਉੱਥੇ ਛੱਡ ਦਿੱਤਾ ਜਾਂਦਾ ਅਤੇ ਤਿਲਾਂ ਨੂੰ ਲੈ ਕੇ ਜਾਂਦੇ ਅਤੇ ਸਾਧ ਸੰਗਤ ਪਤਾ ਆਪ ਜੀ ਨੂੰ ਕਿਵੇਂ ਚੱਕੀ 'ਚ ਪੀਂਦੇ ਨੇ, ਕੋਹਲੂ ਦੇ ਵਿੱਚ ਕੋਹਲੂ ਪੀ ਕੇ ਅਤੇ ਕਿਵੇਂ ਤੇਲ ਕੱਢਿਆ ਜਾਂਦਾ। ਕਹਿੰਦੇ ਜਿਵੇਂ ਉਹਨਾਂ ਦੇ ਸਿਰ ਕਿਉਂ ਕੇ ਬਾਬਾ ਫਰੀਦ ਜੀ ਕਹਿੰਦੇ ਤੇਲ ਕੱਢਿਆ ਜਾਂਦਾ ਤੇ ਉਹ ਤੁਹਾਨੂੰ ਤੰਗੀ ਹੋਣੀ ਆ ਜੀ। ਕਮਾਦੇ ਭਾਵ ਕਮਾਦ ਦੀ ਉਦਾਹਰਨ ਦਿੱਤੀ ਹੈ, ਗੰਨੇ ਦੀ, ਗੰਨੇ ਦੀ ਉਦਾਹਰਨ ਦਿੱਤੀ ਵੀ ਗੰਨਾ ਪਹਿਲਾਂ ਜ਼ਿਮੀਂਦਾਰ ਬੀਜਦਾ, ਪਹਿਲਾਂ ਉਹਨੂੰ ਪੋਰੀਆਂ ਕੱਟ ਕੇ ਉਹਨੂੰ ਬੀਜਿਆ ਜਾਂਦਾ, ਫਿਰ ਵੱਡਾ ਹੁੰਦਾ, ਫਿਰ ਉਹਦੇ ਆਗ ਘੜੇ ਜਾਂਦੇ, ਆਗ ਤੋਂ ਬਾਅਦ ਫਿਰ ਉਹਨੂੰ ਪਾਇਆ ਜਾਂਦਾ ਘਲਾੜੇ ਦੇ ਵਿੱਚ, ਫਿਰ ਤੁਹਾਨੂੰ ਪਤਾ ਆਪ ਜੀ ਨੇ ਫਿਰ ਉਹਨੂੰ ਇੱਕ ਵਾਰੀ ਪਾਉਂਦਾ, ਫਿਰ ਦੂਜੀ ਵਾਰ ਫਿਰ ਮਰੋੜ ਕੇ ਅਤੇ ਉਹਦੇ ਵਿੱਚੋਂ ਸਾਰਾ ਰਸ ਕੱਢ ਲਿਆ ਜਾਂਦਾ, ਫਿਰ ਰਸ ਨੂੰ ਸਾਧ ਸੰਗਤ ਭੱਠੀਆਂ 'ਤੇ ਚੜਾਇਆ ਜਾਂਦਾ, ਫਿਰ ਉਹਦੇ ਵਿੱਚੋਂ ਅੱਡ ਅੱਡ ਬਣਦੀ ਕੋਈ ਗੁੜ ਬਣਾਉਣ ਲੱਗਦਾ, ਅਤੇ ਕਈ ਗੁੜ ਤੋਂ ਬਾਅਦ ਸ਼ੱਕਰ ਬਣਾਉਂਦੇ ਆ ਅਤੇ ਕਈ ਫਿਰ ਮਿਸ਼ਰੀ ਵੀ ਚਾਹੁੰਦੇ। ਭਾਵ ਉਹਨੂੰ ਇੱਕ ਨਹੀਂ ਕਿਵੇਂ ਕਿਵੇਂ ਉਹਨੂੰ ਤੰਗੀ ਦਿੱਤੀ। ਦੂਤੀ ਜੀ ਕਮਾਦ ਦੇ ਆਧਾਰ 'ਤੇ ਹਨ, ਚੌਥੀ ਸੁਣੋ ਜੀ। ਕਹਿੰਦੇ ਕਾਗਜ਼ ਬਣਾਉਣ ਵਾਸਤੇ ਦੇਖੋ ਕਿਵੇਂ ਦਰੱਖਤ ਨੂੰ ਪਹਿਲਾਂ ਕੱਟੇ, ਪਹਿਲਾਂ ਬੀਜਦੇ ਨੇ ਫਿਰ ਕੱਟਦੇ ਨੇ ਅਤੇ ਕਿੰਨੀ ਤੰਗੀ ਦੇ ਕੇ ਕਿੱਦਾਂ ਉਹਨੂੰ ਪੱਧਰਾ ਕਰਨ ਵਾਸਤੇ। ਪੁਰਾਣੇ ਸਮਿਆਂ 'ਚ ਦੇਸੀ ਢੰਗ ਹੁੰਦਾ ਸੀ, ਉਦੋਂ ਦੇ ਹਿਸਾਬ ਨਾਲ ਆਧਾਰ ਦਿੰਦੇ ਆ ਵੀ ਕਿਵੇਂ ਉਹਨਾਂ ਨੂੰ ਕਿੰਨੀ ਕੁੱਟ ਮਾਰ ਪਾ ਕੇ ਕੁੱਟ ਕੁੱਟ ਕੇ ਅਤੇ ਕਿਵੇਂ ਕਾਗਜ਼ ਤਿਆਰ ਕੀਤਾ ਜਾਂਦਾ ਅਤੇ ਫਿਰ ਉਹਦੀਆਂ ਕੰਨੀਆਂ ਕੱਟੀਆਂ ਜਾਂਦੀਆਂ ਕਿ ਵਰਤਣ ਯੋਗ ਹੋ ਜਾਵੇ। ਭਾਵ ਜਿਵੇਂ ਉਹਨੂੰ ਇੰਨੀ ਤਕਲੀਫ ਹੁੰਦੀ ਹੈ ਅਤੇ ਤੁਹਾਡਾ ਅਤੇ ਅੱਗੇ। ਹਾਂਜੀ ਕੁੰਨੇ ਕੋਇਲਿਆ, ਕੁੰਨੇ ਭਾਵ ਜਿਹੜੇ ਭਾਂਡੇ ਹੁੰਦੇ ਸਾਧ ਸੰਗਤ, ਪਹਿਲਾਂ ਮਿੱਟੀ ਪੱਟੀ ਜਾਂਦੀ ਹੈ, ਫਿਰ ਉਹਨੂੰ ਗੰਧਾ ਘੁਮਿਆ, ਫਿਰ ਉਹਨੂੰ ਚੱਕ 'ਤੇ ਚੜਾਉਂਦਾ, ਫਿਰ ਪਾਸੀ ਹੱਥ ਵੀ ਰੱਖਦਾ ਅਤੇ ਉੱਥੋਂ ਦੇ ਥਾਪੇ ਵੀ ਮਾਰਦਾ ਅਤੇ ਬਰਤਨ ਬਣਾਉਣਾ ਹੁੰਦਾ ਉਹਨੂੰ, ਫਿਰ ਸਾਧ ਸੰਗਤ ਉਹਦੀ ਕੁੱਜੀ ਬਣਦੀ ਹੈ ਅਤੇ ਕੁੱਜੀ ਦੇਖ ਲਓ ਸਾਧ ਸੰਗਤ, ਅਤੇ ਕੁੱਜੀ ਬਣ ਕੇ ਵੀ ਫਿਰ ਉਹਨੂੰ ਦੇਖ ਲਓ ਪਹਿਲਾਂ ਸੇਕਾ ਪਹਿਲਾਂ ਲੱਗਦਾ ਅਤੇ ਸੇਕੇ ਲੱਗਣ ਤੋਂ ਬਾਅਦ ਉਹਨੂੰ ਹਰ ਰੋਜ਼ ਇੱਕ ਨਾ ਦੁੱਧ ਸਮਾਈਆਂ ਨੇ ਚੁੱਲ੍ਹੇ ਰਹਿਣ ਚੜ੍ਹੇ। ਕਈਆਂ ਨੇ ਕਰਮ ਚੰਗੇ ਹੁੰਦੇ ਆ, ਪਹਿਲਾਂ ਸੇਕਾ ਝੱਲਣ ਤੋਂ ਬਾਅਦ ਉਹਨਾਂ ਵਿੱਚ ਕੋਈ ਚੀਜ਼ ਰੱਖ ਕੇ ਅਤੇ ਉਹਨਾਂ ਬਰਤਨਾਂ ਨੂੰ ਵੈਸੇ ਰੱਖ ਲਿਆ ਜਾਂਦਾ, ਇੱਕ ਚੁੱਲ੍ਹੇ ਰਹਿਣ ਚੜ੍ਹੇ, ਇੱਕ ਤਾਂ ਰੋਜ਼ ਸੇਕ ਲੱਗਦਾ। ਭਾਵ ਉਹਨੂੰ ਰੋਜ਼ ਉਹਨੂੰ ਤਿਲ ਤਿਲ ਕਰਕੇ ਮਰਨਾ ਪੈਂਦਾ। ਇਹ ਹੈਗੇ ਕੁੰਨੇ। ਹਾਂਜੀ ਕੋਇਲਿਆ ਭਾਵ ਦਰੱਖਤ ਬੀਜਦਾ, ਦਰੱਖਤ ਕੱਟਿਆ ਜਾਂਦਾ ਸਾਧ ਸੰਗਤ, ਅਤੇ ਕੱਟਣ ਤੋਂ ਬਾਅਦ ਫਿਰ ਉਹਨੂੰ ਅੱਧ ਹਰੇ ਥੋੜ੍ਹੇ ਸੁੱਕੇ ਹੋਇਆਂ ਨੂੰ ਉਹਨੂੰ ਬਾਲ ਲਿਆ ਜਾਂਦਾ, ਬਾਲ ਕੇ ਅਤੇ ਜਦੋਂ ਪੂਰਾ ਮੱਚਣ ਤੋਂ ਪਹਿਲਾਂ ਹੀ ਅੱਧਾ ਕੁ ਜੋ ਅੱਠ ਵਜੇ ਜਾਂਦਾ ਅਤੇ ਉਹਨੂੰ ਸੁਕਾ ਮਤਲਬ ਚਿੱਟਾ ਲਾ ਕੇ ਅਤੇ ਅੱਗ ਬੁਝਾ ਲਈ ਜਾਂਦੀ। ਹੁਣ ਕੋਇਲੇ ਹੋ ਗਏ ਭਾਵ, ਕੋਇਲੇ ਬਣ ਕੇ ਵੀ ਨਹੀਂ ਖੇੜਾ ਛੁੱਟਦਾ ਸਾਧ ਸੰਗਤ, ਅਤੇ ਕੋਇਲੇ ਫਿਰ ਦੁਬਾਰਾ ਵਿਕਦੇ। ਜਿਵੇਂ ਆਪ ਜੀ ਨੇ ਪਿਛਲੇ ਦਿਨ ਕਥਾ ਸਰਵਣ ਕੀਤਾ ਸੀ, ਜੱਸਾ ਲੁਹਾਰ ਜਿਹੜਾ ਆਇਆ ਸੀ ਬਾਬਾ ਫਰੀਦ ਜੀ ਦਾ ਕੁਹਾੜਾ ਮਾਰਿਆ ਸੀ, ਕਿਉਂ ਕਿਉਂ ਉਹਨੂੰ ਕੋਇਲੇ ਚਾਹੀਦੇ ਸੀਗੇ, ਉਹਨੂੰ ਅੰਗਿਆਰ ਚਾਹੀਦੇ ਸੀ, ਅਤੇ ਪਰ ਬਾਬਾ ਫਰੀਦ ਜੀ ਰੱਬ ਦੀ ਮੰਗ ਭਾਲ ਦੇ ਵਿੱਚ ਸਨ। ਫਿਰ ਕੋਇਲੇ ਜਦੋਂ ਬਣ ਗਏ ਅਤੇ ਕੋਇਲਿਆਂ ਨੂੰ ਫਿਰ ਦੁਬਾਰਾ ਖਤਮ ਹੋਣਾ ਪੈਂਦਾ, ਕਿ ਫਿਰ ਉਹਨੂੰ ਮੀਟੀਆਂ ਦੇ ਵਿੱਚ ਲਾਉਂਦੇ ਜਿੰਨਾ ਚਿਰ ਉਹਦੀ ਰਾਖ ਨਾ ਹੋ ਜਾਵੇ। ਭਾਵ ਉਹਨੂੰ ਇੰਨੀਆਂ ਇੰਨੀਆਂ ਤਕਲੀਫਾਂ ਮਿਲਦੀਆਂ ਅਤੇ ਸਾਧ ਸੰਗਤ ਸੋਚੋ ਸਾਡਾ ਕੀ ਬਣੇ, ਕਿੰਨੇ ਸਾਨੂੰ ਖਿਆਲ ਰੱਖਣ ਦੀ ਲੋੜ ਆ, ਆਹ ਕਿੰਨੀਆਂ ਤਕਲੀਫਾਂ ਨੇ। ਕਈ ਕਹਿੰਦੇ ਅੱਗੇ ਹੁੰਦਾ ਕੁਛ ਨਹੀਂ, ਉਹਨਾਂ ਨੂੰ ਕਹੋ ਵੀ ਆਹ 2 ਸਾਲ ਦੀਆਂ ਪੜ੍ਹਾਈਆਂ ਕਰਕੇ ਨਹੀਂ ਸਮਝ ਆਉਣੀ, ਗੁਰਬਾਣੀ ਚੰਗੀ ਤਰ੍ਹਾਂ ਪੜ੍ਹੋ, ਉਹਨਾਂ ਨੂੰ ਚੰਗੀ ਤਰ੍ਹਾਂ ਵਿਚਾਰੋ, ਕੁਛ ਅਭਿਆਸ ਵੀ ਕਰੋ, ਅਭਿਆਸ ਨੂੰ ਆਪੇ ਸਮਝ ਆ ਜਾਂਦੀ ਹੈ। ਇਹ ਤਾਂ ਕਿੰਨਾ ਪਹਿਰਾ ਰੱਖਣਾ ਪੈਣਾ, ਕਿ ਇੱਕ ਛੋਟੀ ਗੱਲ, ਬਾਬਾ ਚੇਤ ਸਿੰਘ ਜੀ ਹੋਏ ਬੁੱਢਾ ਦਲ ਵਾਲੇ ਸਾਧ ਸੰਗਤ, ਬੜੀ ਬੰਦਗੀ ਵਾਲੇ ਸਾਧੂ ਮਹਾਂਪੁਰਸ਼, ਅਤੇ ਹਿਸਾਰ ਵਾਲੇ ਪਾਸੇ ਚਲੇ ਗਏ, ਹਰਿਆਣੇ ਦੇ ਉੱਧਰਲੇ ਪਾਸੇ, ਹਿਸਾਰ ਸ਼ਹਿਰ ਦੇ ਬਾਹਰਲੇ ਪਾਸੇ ਥੋੜ੍ਹੇ ਖੰਡਰ ਜਿਹੇ ਵਾਂਗੂ ਸੀਗੇ, ਅਤੇ ਉੱਥੇ ਰੁਕੇ ਅਤੇ ਰਾਤ ਨੂੰ ਕਵਗਦ ਰੂਹ ਆ ਗਈ। ਅਵਗਦ ਰੂਹ ਆਈ ਅਤੇ ਆ ਕੇ ਮਹਾਂਪੁਰਸ਼ਾਂ ਨੇ ਮੂਹਰੇ, ਹਾਂ ਵੀ ਦੱਸ ਕੀ ਗੱਲ,
ਕਹਿੰਦੇ ਮੈਂ ਆਪਦਾ ਜ਼ਰੂਰ ਹਾਂ ਕਿ ਉਹ ਚੰਗਾ ਕਰਮ ਨਹੀਂ ਕੀਤਾ ਅਤੇ ਬੜੀਆਂ ਤਕਲੀਫਾਂ ਵਿੱਚ ਘਰ ਅਗਲਾ ਕੋਈ ਮਿਲਦਾ ਨਹੀਂ, ਅਗਲਾ ਘਰ ਪਾ ਕੇ ਸਰੀਰ ਨਹੀਂ ਮਿਲਣਾ, ਤਕਲੀਫ ਵਿੱਚ ਬਹੁਤ ਹਾਂ ਅਤੇ ਮੇਰਾ ਭਲਾ ਕਰੋ। ਬਾਬਾ ਤੇਜ ਸਿੰਘ ਜੀ ਫੌਜਾਂ ਨੇ ਨਾਲ ਜਿੱਥੇ ਉਤਾਰਾ ਕੀਤਾ ਸੀ ਹਿਸਾਰ ਸ਼ਹਿਰ ਦੇ ਬਾਹਰਲੇ ਪਾਸੇ ਫੌਜਾਂ ਸੀਗੀਆਂ, ਨਿਹੰਗ ਸਿੰਘ ਫੌਜ, ਅਤੇ ਬੁੱਢਾ ਦਲ ਵਾਲਿਆਂ ਨੇ ਫਿਰ ਕਿਹਾ ਮਹਾਂਪੁਰਸ਼ਾਂ ਨੇ ਠੀਕ ਆ ਭਾਈ ਤੇਰੇ ਵਾਸਤੇ ਅਸੀਂ ਸ਼੍ਰੀ ਅਖੰਡਪੁਰ ਸਾਹਿਬ ਕਰਾਂਗੇ, ਪਰ ਤੂੰ ਸਾਨੂੰ ਨਿਸ਼ਾਨੀ ਦੱਸ ਬਈ ਤੇਰਾ ਭਲਾ ਹੋਵੇ ਜਦੋਂ। ਕਹਿੰਦੇ ਮਹਾਂਪੁਰਸ਼ ਜਿਹੜੀ ਤੁਸੀਂ ਮੇਰੇ ਵਾਸਤੇ ਦੇਖ ਰੱਖੋਗੇ ਤਾਂ ਮੈਂ ਛਕੂੰਗਾ। ਮਹਾਂਪੁਰਸ਼ਾਂ ਨੇ ਸਿੰਘਾਂ ਨੂੰ ਕਿਹਾ ਭਾਈ ਜਿਹੜੇ ਸਿੰਘ ਪਹਿਰੇ ਵਾਲੇ ਨੇ ਭਾਈ ਆਪਾਂ ਪਾਠ ਆਰੰਭ ਕਰਨਾ ਸ਼੍ਰੀ ਅਖੰਡਪੁਰ ਸਾਹਿਬ ਅਤੇ ਤਿਆਰੀ ਕਰੋ ਗਏ, ਤਿਆਰੀ ਕਰਾ ਲਈ ਗਈ ਅਤੇ ਸਿੰਘਾਂ ਨੂੰ ਸਾਰਿਆਂ ਨੂੰ ਤਾੜ ਤਾੜ ਕੇ ਕਿਹਾ ਮਹਾਂਪੁਰਸ਼ਾਂ ਨੇ ਭਾਈ ਪੂਰਾ ਖਿਆਲ ਰੱਖਣਾ, ਸੁਚਮਤਾ ਹੀ ਰੱਖਣੀ ਆ ਸਾਰਾ ਪਹਿਰਾ, ਕਿ ਮਰਿਆਦਾ ਹੁੰਦੀ। ਅਤੇ ਜਦੋਂ ਭੋਗ ਪਿਆ ਅਤੇ ਦੇਗ ਜਿਹੜੀ ਰੱਖੀ ਗਈ ਉਹ ਪ੍ਰੇਤ ਵਾਸਤੇ ਅੱਗ ਦਰੂਹ ਵਾਸਤੇ ਅਤੇ ਸ਼ੱਕੀ ਨਾ ਕਿ ਹੁਣ ਮੂਹਰਲੇ ਹਫ਼ਤੇ ਲੜੀਵਾਰ ਜਿਹੜੀ ਇਤਿਹਾਸ ਦੀ ਕਥਾ ਚੱਲ ਰਹੀ ਹੈ ਆਉਂਦੇ ਹਫ਼ਤਿਆਂ ਵਿੱਚ ਅਗਲੇ ਹਫ਼ਤਿਆਂ ਵਿੱਚ ਆ ਰਹੀ ਹੈ ਕਥਾ, ਜਿਹਦੇ ਵਿੱਚ ਜਦੋਂ ਕਲਗੀਧਰ ਪਾਤਸ਼ਾਹ ਨੇ ਬਠਿੰਡੇ ਪਹੁੰਚਣਾ ਅਤੇ ਬਠਿੰਡੇ ਦਾ ਕਿਲ੍ਹਾ ਹੈਗਾ ਉਹਦੇ ਵਿੱਚ ਇੱਕ ਕਾਣਾ ਦੈਂਤ ਰਹਿੰਦਾ, ਮਹਾਰਾਜ ਨੇ ਪਹਿਲੇ ਰਾਜ ਨੂੰ ਵੀ ਕਾਣਾ ਹੈਗਾ, ਕਿਉਂ ਇਹ ਵੀ ਹੁੰਦੀਆਂ ਨੇ ਰੂਹਾਂ ਵੀ ਹੁੰਦੀਆਂ ਆਪਦਾ ਰੂਹਾਂ, ਇਹ ਭੂਤ ਪ੍ਰੇਤ ਸੂਕਰ ਮਿਰਗਾ ਸਾਰਾ ਕੁਛ ਹੀ ਹੈ। ਫਿਰ ਕਹਿੰਦੇ ਕਈ ਕਹਿੰਦੇ ਸਾਨੂੰ ਦਿਸਦਾ ਨਹੀਂ, ਮੈਂ ਕਿਹਾ ਜਿਨ੍ਹਾਂ ਨੂੰ ਦਿਸਦਾ ਉਹ ਕਿਹੜਾ ਚੱਜ ਨੂੰ ਸੌਂਦੇ ਹੋ, ਵੀ ਜ਼ਰੂਰ ਤੁਸੀਂ ਦੇਖ ਕੇ ਕੀ ਲੈਣਾ ਕੀ ਤੁਸੀਂ। ਜਦੋਂ ਮਹਾਂਪੁਰਸ਼ਾਂ ਨੇ ਉੱਥੇ ਫਿਰ ਅਭਿਆਸ ਕਰਵਾਇਆ ਸੀ ਸੰਪੂਰਨ 1430 ਅੰਗ, ਇੱਕੋ ਅੰਕਾਰ ਤੋਂ 1810-20 ਤੱਕ ਸੰਪੂਰਨ ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਅਤੇ ਦੇਗ ਛਕੀ ਨਾ। ਮਹਾਂਪੁਰਸ਼ ਕਹਿੰਦੇ ਭਾਈ ਇੰਨੇ ਪਹਿਰੇ ਨਾਲ ਪਾਠ ਹੋਇਆ ਅਤੇ ਛਕੀ ਕਿਉਂ ਨਹੀਂ, ਕਿਉਂ ਨਹੀਂ ਇਹਦਾ ਭਲਾ ਹੋਇਆ। ਰੂਹ ਆਈ ਫਿਰ ਮਹਾਂਪੁਰਸ਼ ਕਹਿੰਦੇ ਭਾਈ ਤੇਰਾ ਕਿਉਂ ਨਹੀਂ ਭਲਾ ਹੋਇਆ, ਤੇਰੇ ਵਾਸਤੇ ਇੰਨੇ ਪ੍ਰੇਮ ਨਾਲ ਬਾਣੀ ਪੜ੍ਹੀ ਗਈ ਤੇਰੇ ਵਾਸਤੇ। ਕਹਿੰਦੇ ਮਹਾਂਪੁਰਸ਼ਾਂ ਤੁਸੀਂ ਬਹੁਤ ਪ੍ਰੇਮ ਨਾਲ ਬਾਣੀ ਪੜ੍ਹੀ ਅਤੇ ਪੜ੍ਹਵਾਈ ਤੁਸੀਂ, ਪਰ ਤੁਹਾਡੇ ਵਿੱਚ ਇੱਕ ਸਿੰਘ ਸੀ ਜਿਹੜਾ ਸਰੀਰ ਨੂੰ ਢਲਿਆਈ ਹੋਏ ਭਾਵ ਸ਼ਰਲਾ ਗਜਾਉਣ ਗਿਆ ਅਤੇ ਸ਼ਰਲਾ ਗਜਾ ਕੇ ਉਹਨੇ ਇਸ਼ਨਾਨ ਨਹੀਂ ਕੀਤਾ ਅਤੇ ਉਹਦੇ ਕੁਛ ਬੂੰਦਾਂ ਕਛਹਿਰੇ ਨੂੰ ਪਿਛਾਉਂਦੀਆਂ ਲੱਗ ਗਈਆਂ, ਭਾਵ ਪਵਿੱਤਰਤਾ ਹੋ ਗਈ ਅਤੇ ਉਹ ਸੁੱਚਾ ਹੋ ਕੇ ਜੇ ਵਾ ਲੱਗਾ ਪੜ੍ਹਨ ਸਲੋਕ, ਕਿਉਂ ਪਵਿੱਤਰਤਾ ਹੋਣੀ ਬਹੁਤ ਜ਼ਰੂਰੀ ਹੈ। ਅਤੇ ਸਾਧ ਸੰਗਤ ਕਹਿੰਦੇ ਦੱਸਿਆ ਮਹਾਂਪੁਰਸ਼ ਉਹਨਾਂ ਨੇ ਪਵਿੱਤਰਤਾ ਕੀਤੀ ਅਤੇ ਉਹਦੇ ਕਰਕੇ ਖੇਡ ਨਹੀਂ ਵਰਤੀ, ਮੇਰਾ ਭਲਾ ਨਹੀਂ ਹੋਇਆ। ਅਤੇ ਸਾਧ ਸੰਗਤ ਦੂਜੇ ਪਾਸੇ ਵੀ ਸੋਚ ਕੇ ਦੇਖੋ, ਅਸੀਂ ਜਦੋਂ ਕੋਈ ਵੀ ਘਰ ਵਿੱਚ ਮਰਦਾ ਅਤੇ ਜਣੇ ਖਣੇ ਤੋਂ ਅਸੀਂ ਪਾਠ ਕਰਾ ਲੈਂਦੇ ਬੜੇ ਪੈਸੇ ਦੇ ਕੇ, ਨਾ ਪਰਿਵਾਰ ਨੇ ਬਹਿ ਕੇ ਬਾਣੀ ਪੜ੍ਹੀ ਨਾ ਸੁਣੀ, ਅਸੀਂ ਕਿਤੇ ਵੀ ਨਹੀਂ ਪੁੱਛਿਆ ਤੇਰੀ ਰਹਿਤ ਕੀ ਹੈ, ਤੇਰਾ ਅਭਿਆਸ ਤੇਰਾ ਆਪਦਾ ਕੀ ਹੈ ਅਤੇ ਸਾਡਾ ਭਲਾ ਕਿਵੇਂ ਹੋ ਸਾਡੇ ਬਜ਼ੁਰਗ ਨੂੰ। ਮਾਫ਼ੀ ਚਾਹੁੰਦਾ ਉਧਾਰ ਦੇਣ ਲੱਗੇ ਕਿ ਸਾਡੇ ਬਜ਼ੁਰਗ ਪਿੱਛੋਂ ਜਿਹੜੇ ਕੰਮਾਂ 'ਚੋਂ ਨਿਕਲ ਕੇ ਆਏ ਸਨ, ਸਿੱਖੀ ਵਾਲੇ ਪਾਸੇ ਆਏ ਸਨ ਅਸੀਂ, ਪਰ ਉਹ ਆਦਤਾਂ ਹਲੇ ਛੱਡੀਆਂ ਨਹੀਂ ਆਪਣੀ, ਨਾ ਅਸੀਂ ਸਿੱਖ ਪੂਰੇ ਬਣੇ ਹਾਂ, ਨਾ ਸਾਨੂੰ ਗੁਰਬਾਣੀ ਦੀ ਅਸੀਂ ਕੋਈ ਸੋਝੀ ਲੈ ਸਕੇ ਹਾਂ, ਅਸੀਂ ਉਹੀ ਪੁਰਾਣਾ ਸਿਸਟਮ ਵੀ ਪੈਸੇ ਦਿਓ ਅਤੇ ਪੂਜਾ ਕਰਾ ਲਓ ਅਤੇ ਵਿਹਲੇ, ਅਤੇ ਅਗਲਾ ਭੋਗ ਪਾ ਕੇ ਹਟਿਆ ਹੁੰਦਾ ਅਤੇ ਬਾਪੂ ਨਾਲ ਬਾਹਰ ਬੈਠਾ ਹੁੰਦਾ, ਰੂਹ ਨੇ ਜਾਣਾ ਕਿੱਥੋਂ, ਭਲਾ ਹੋਣਾ ਕਿੱਥੋਂ। ਅਤੇ ਕਮਰਸ਼ੀਅਲ ਕੰਮ ਨਹੀਂ ਪਿੱਛੇ ਜੇ ਕਿਸੇ ਦੇ ਬਜ਼ੁਰਗ ਚੜ੍ਹਾਈ ਕਰਕੇ, ਅਤੇ ਫੋਨ ਆਇਆ ਕਹਿੰਦੇ ਜੀ ਸਾਡੀ ਬੇਨਤੀ ਹੈ ਵੀ ਥੋੜ੍ਹਾ ਛੇਤੀ ਚਾਹੁੰਦੇ। ਮੈਂ ਕਿਹਾ ਦੱਸੋ ਕੀ ਗੱਲ, ਕਹਿੰਦੇ ਬਜ਼ੁਰਗ ਚੜ੍ਹਾਈ ਕਰ ਗਏ ਸੀ ਅਤੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰ ਦਿਓ। ਅਸੀਂ ਕਿਹਾ ਜਿਹੜੀ ਮਾਰੇ ਘਰ ਦੀ ਮਰਿਆਦਾ ਬਦਲਣ ਦੀ ਕੋਸ਼ਿਸ਼ ਨਾ ਕਰੋ। ਕਹਿੰਦੇ ਕੰਮ ਦੇ ਰੁਝੇਵੇਂ ਆ, ਮੈਂ ਕਿਹਾ ਉਹਦੇ ਕੰਮ ਦੇ ਰੁਝੇਵੇਂ ਨਹੀਂ ਸੀ, ਉਹ ਤੁਹਾਨੂੰ ਸਾਰਾ ਜੀਵਨ ਪਾਲਿਆ, ਸੋ ਕਿ ਅਸੀਂ ਜਾ ਕਿਹੜੇ ਪਾਸੇ ਰਹੇ ਹਾਂ। ਬਜ਼ੁਰਗ ਨੇ ਚੜ੍ਹਾਈ ਕਰਨੀ ਉਹਦੇ ਵਾਸਤੇ ਸਾਧ ਸੰਗਤ 10 ਦਿਨ ਉਹਦੇ ਵਾਸਤੇ ਬਾਣੀ ਪੜ੍ਹਨੀ, ਤੁਸੀਂ ਉਹਦਾ ਅੰਮ੍ਰਿਤ ਵੇਲਾ ਕਰਨਾ, ਤੁਸੀਂ ਸੋਧਾ ਰਹਿ ਰਾਸ ਕੀਰਤਨ ਸੋਲਾ ਤੁਸੀਂ ਉਹਦਾ ਕਰਨਾ। ਪਰਿਵਾਰ ਨੇ ਕਿੰਨੇ ਪਵਿੱਤਰਤਾ ਘਰ ਵਿੱਚ ਰੱਖਣੀ, ਸੁਚਮਤਾ ਹੀ ਰੱਖਣੀ ਸਰੀਰ ਤੌਰ 'ਤੇ, ਅਤੇ ਫਿਰ ਜਿਹੜੇ ਪੜ੍ਹਨ ਵਾਲਿਆਂ ਦੇ ਅਤੇ ਫਿਰ ਕਿਵੇਂ ਨਾ ਹੁਕਮਨਾਮੇ ਚੜ੍ਹਦੀ ਕਲਾ ਵਾਲੇ ਆਉਣਗੇ ਕਿ ਰੂਹ ਬਖਸ਼ੀ ਗਈ।
ਬਾਣੀ ਪੜ੍ਹਨ ਵਾਲਾ ਵੀ ਜੇ ਜਾਤਪਾਤ ਵਾਲਾ ਹੋਵੇ, ਪਹਿਰੇ ਵਾਲਾ ਹੋਵੇ, ਤਾਂ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਇੱਕ ਜੀ ਦਾਨ ਦੇ ਭਗਤੀ ਲਾਇਨ ਹੱਥ ਤੋਂ ਲੈਣ ਮਿਲਾਏ ਉਹ ਅੰਤਾਰ ਸਕਦੇ। ਪਰ ਸਾਧ ਸੰਗਤ ਸੋਚੋ ਤੁਸੀਂ ਸਾਖੀ ਸੁਣ ਕੇ ਅਤੇ ਜਿਹਨਾਂ ਤੋਂ ਅਸੀਂ ਕਰਵਾਉਂਦੇ ਰਹੇ ਹਾਂ ਉਹਨਾਂ ਬਜ਼ੁਰਗਾਂ ਦੀ ਕੀ ਹਾਲਤ ਹੋਣੀ ਚਾਹੀਦੀ ਅਤੇ ਸਾਡੀ ਕੀ ਬਣੂਗੀ, ਅੱਜ ਸਾਡੀ ਰਹਿਤ ਕੀ ਹੈ, ਅੰਮ੍ਰਿਤ ਵੇਲਾ ਕਿੱਧਰ ਗਿਆ ਸਾਡਾ। ਮੈਂ ਤਾਂ ਅੰਮ੍ਰਿਤਧਾਰੀਆਂ ਬਾਰੇ ਵੀ ਦੱਸ ਬੇਨਤੀ ਕਰ ਰਿਹਾ, ਜੇ ਵੀਕਐਂਡ ਆ ਜਾਂਦਾ ਸਾਡਾ ਗੁਰੂ ਗੋਰਿਆਂ ਵਾਲਾ ਗੁਰੂ ਨਹੀਂ ਹੈਗਾ, ਉਹਨਾਂ ਦਾ ਸਾਡਾ ਗੁਰੂ ਗੋਰਿਆਂ ਵਾਲਾ ਗੋਡ ਨਹੀਂ ਹੈਗਾ ਕਿ ਜਿਹੜਾ ਛੇ ਦਿਨ ਕੰਮ ਕੀਤਾ ਅਤੇ ਸੰਡੇ ਉਹਦੀ ਛੁੱਟੀ ਹੋ ਗਈ। ਸਾਡਾ ਗੁਰੂ ਹੈਗਾ ਜਾਗਤਾ ਹੈ ਦਿਓ, ਸਾਡਾ ਗੁਰੂ ਹਰ ਟਾਈਮ ਜਾਗਦਾ, ਕਿਤੇ ਵੀ ਅੰਮ੍ਰਿਤ ਵੇਲੇ ਦੇ ਵਿੱਚ ਕੋਈ ਵੀਕਐਂਡ 'ਚ ਹੁਣ ਵੀਕਐਂਡ ਛਾਪੇ ਪੈਂਦੇ ਘਰਾਂ 'ਚ ਅਤੇ ਸਿੰਘ ਮਿਲ ਕੇ ਸੁੱਤੇ ਪੈ ਗਏ, ਕੀ ਗੱਲ ਉਹ ਜੀ ਛੇ ਦਿਨ ਕੰਮ ਕਰਦੇ ਸੱਤ ਮਹੀਨਿਆਂ ਨੂੰ ਛੁੱਟੀ ਕਰਕੇ ਅਸੀਂ ਕਿ ਗੁਰੂ ਵਾਲੇ ਪਾਸੇ ਥੋੜ੍ਹੀ ਛੁੱਟੀ ਹੈ। ਅੰਮ੍ਰਿਤ ਵੇਲੇ 'ਚ ਕਿਤੇ ਵੀ ਟਲਿਆਈ ਨਹੀਂ, ਰਹਿਤ ਵਿੱਚ ਕੋਈ ਟਲਿਆਈ ਨਹੀਂ। ਜੇ ਰਹਿਤ ਨਹੀਂ ਸਹੀ ਤਾਂ ਜੇ ਲੈਣ ਵਾਲੇ ਆ ਕੇ ਤਾਂ ਜਾਊਂਗੇ ਕਿੱਥੇ, ਜੇ ਸੁਧਾਈ ਹੋਣ ਵਾਲੀ ਸਾਨੂੰ ਉਹਦੀ ਸੁਧਾਈ ਕਰਾਉਣੀ ਚਾਹੀਦੀ, ਕੋਈ ਕਛਹਿਰਾ ਵਿਸਰ ਗਿਆ ਅਤੇ ਆਪਦਾ ਕੋਈ ਗਲਤੀ ਹੋ ਗਈ, ਅਤੇ ਜੇ ਨਹੀਂ ਕਰਾਈ ਅਤੇ ਜੇ ਲੈਣ ਆ ਗਏ ਤਾਂ ਫਿਰ ਦੇਖ ਲਓ, ਫਿਰ ਆਹ ਸਾਰਾ ਕੁਛ ਹੀ ਹੋਣਾ ਜਿਵੇਂ ਆਪ ਜੀ ਨੇ ਉਧਾਰ ਨੂੰ ਸੁਣੀ ਸੀ। ਕਪਾਹ ਦੇ ਨਾਲ ਕੀ ਹੋਇਆ, ਤਿਲਾਂ ਨਾਲ ਕੀ ਹੋਇਆ, ਆਹ ਗੰਨੇ ਨਾਲ ਦੇਖੋ ਸਾਧ ਸੰਗਤ ਕੀ ਹੋਇਆ, ਕਾਗਜ਼ ਕਿਵੇਂ ਬਣੇ। ਫਿਰ ਆਪ ਜੀ ਨੇ ਕੁੰਨੇ ਦੀ ਉਧਾਰ ਨੂੰ ਸੁਣੀ, ਭਾਵ ਜਿਹੜਾ ਮਿੱਟੀ ਦਾ ਭਾਂਡਾ ਬਣਦਾ ਘਮਿਆਰ ਬਣਾਉਂਦਾ, ਕਿੰਨੀ ਤੰਗੀ ਆਈ ਉਹਨੂੰ। ਅਤੇ ਸਾਧ ਸੰਗਤ ਆਪ ਜੀ ਨੇ ਕੋਇਲਾਂ ਦੀ ਉਧਾਰ ਵੀ ਸੁਣੀ, ਜਿਹੜੇ ਫਿਰ ਗਲਤੀਆਂ ਕਰਦੇ ਹੈ ਅਤੇ ਸਾਧ ਸੰਗਤ ਫਿਰ ਇਹ ਤਕਲੀਫਾਂ ਮਿਲਦੀ। ਅਗਲੀ ਵਾਰ ਫਿਰ ਬਾਬਾ ਤੇਜ ਸਿੰਘ ਉਹਨਾਂ ਨੇ ਸਿੰਘਾਂ ਨੂੰ ਵਾਰ ਵਾਰ ਪੁੱਛ ਕੇ ਅੰਦਰ ਭੇਜਣਾ ਅਤੇ ਤਾੜ ਨਾਲ ਭਾਵ ਜਦੋਂ ਹੁਣ ਤਾਬਿਆ ਬੈਠਣਾ, ਜੇ ਇੱਕ ਵਾਰੀ ਤਾਂ ਸਰੀਰ ਨੂੰ ਢਲਿਆ ਹੀ ਆ ਕਿ ਤਾਬਿਆ ਨਹੀਂ ਬੈਠ ਸਕਦਾ, ਹਜੂਰੀਆ ਉਹਦੇ ਕੋਲ ਹੋਵੇ, ਹਾਈ ਹੱਥ ਥੱਲੇ ਲਾਈ ਜਾਂਦੇ ਹਾਂ, ਉਹੀ ਮਾਰੇ ਦੇ ਵਸਤਰਾਂ ਲਾਈ ਜਾਂਦੇ, ਚੌਕ ਆਪਣੇ ਬੰਦਾ ਤਾਂ ਨੂੰਹ ਫਰਕੀ ਜਾਂਦਾ, ਵਿੱਚ ਬਾਣੀ ਪੜ੍ਹੀ ਜਾਂਦੀ, ਪੈਰ ਫਰਕੀ ਜਾਂਦੇ, ਕਿੰਨੀਆਂ ਵੀਡੀਓ ਹਰ ਰੋਜ਼ ਆਉਂਦੀਆਂ, ਕੌਣ ਸਿੱਖੂਗਾ। ਤੁਹਾਨੂੰ ਸਿੱਖਣਾ ਪੈਣਾ ਸਾਧ ਸੰਗਤ, ਕਿਸੇ ਇੱਕ ਦੀ ਜ਼ਿੰਮੇਵਾਰੀ ਨਹੀਂ ਹੈਗੀ। ਇਹ ਸੋਚੀਆਂ ਲਾਵੋਂਗੇ ਹਰੇਕ ਗੁਰੂ ਘਰ ਵਿੱਚ ਅਸੀਂ ਪ੍ਰਚਾਰ ਹੋਣਾ ਚਾਹੀਦਾ। ਚਲੋ ਅਗਲਾ ਕਹਿੰਦੇ ਨਹੀਂ ਤੁਸੀਂ ਆਏ ਹੋ, ਹਾਂਜੀ ਚੱਕੋ ਪਕੌੜੇ ਕੱਢ ਲਏ, ਹਾਂਜੀ ਪਿਆਓ ਇਹਨਾਂ ਨੂੰ ਵੀ ਡਿੰਕਣ ਡੋਂ ਸਾਨੂੰ ਅਤੇ ਕਰ ਦੇਵੋ ਵਿਹਲੇ, ਅਤੇ ਸਾਨੂੰ ਤੁਹਾਡੇ ਤੋਂ ਪੈਸੇ ਚਾਹੀਦੇ, ਸਿੱਖੀ ਨਹੀਂ ਚਾਹੀਦੀ। ਜੇ ਇਸ ਤਰ੍ਹਾਂ ਗੁਰੂ ਘਰ ਚੱਲਣਗੇ ਆਉਂਦੇ 50 ਸਾਲ ਤੱਕ ਤੁਹਾਡੇ ਆਉਣ ਵਾਲੀ ਪੀੜ੍ਹੀ ਸਿੱਖ ਨਹੀਂ ਰਹੂਗੀ। ਤੁਸੀਂ ਤਾਂ ਗੁਰੂ ਘਰ ਫਿਰ ਕਦੇ ਐਤਵਾਰ ਵਾਲੇ ਸਿੱਖ ਹੋ ਨਾ, ਐਤਵਾਰ ਨੂੰ ਆ ਜਾਂਦੇ ਹਾਂ ਅਤੇ ਉਹਨਾਂ ਨੇ ਐਤਵਾਰ ਵੀ ਨਹੀਂ ਪਾਉਂਦੇ। ਬਹੁਤ ਸਾਨੂੰ ਆਪਦਿਆਂ ਨੂੰ ਜਗਾਉਣਾ ਪੈਣਾ, ਪਿਛਲੇ ਦਿਨ ਦਸ ਨੇ ਬੇਨਤੀ ਕੀਤੀ ਸੀ ਇਹਦੇ ਪਰਸਾਈ, ਇਹ ਸੋਚ ਕੇ ਦੇਖੋ ਆਉਂਦੇ 50 ਸਾਲ ਤੱਕ 100 ਸਾਲ ਤੱਕ ਸਾਡੀਆਂ ਪੀੜ੍ਹੀਆਂ ਕਿਹੋ ਜਿਹੀਆਂ ਹੋਣਗੀਆਂ, ਕਿਹੋ ਜਿਹੀ ਦਿੱਖ ਹੋਊਗੀ ਉਹਨਾਂ ਦੀ। ਔਰ ਪਿਛਲੇ ਦਿਨ ਦਸ ਨੇ ਕਿਸੇ ਕੰਪਨੀ ਨੂੰ ਫੋਨ ਕਰਨਾ ਸੀ, ਕੰਪਨੀ ਨਾਂ ਕੁਛ ਸਿੱਖਾਂ ਵਰਗਾ ਸੀਗਾ ਅਤੇ ਜਦੋਂ ਫੋਨ ਕੀਤਾ ਤਾਂ ਬੰਦੇ ਜਮੇ ਪੰਜਾਬੀ ਨਾ ਸਮਝ ਆ ਲੈਣਾ, ਜਦੋਂ ਉੱਥੇ ਜਾ ਕੇ ਦੇਖਿਆ ਤਾਂ ਬਿਲਕੁਲ ਗੋਰਿਆਂ ਵਰਗੇ ਰੰਗ ਰੂਪ ਵੀ ਉਹਨਾਂ ਚਿਹਰੇ ਪੂਰੇ ਬਦਲੇ ਪਏ, ਸਿੱਖਾਂ ਦੇ ਮਤਲਬ ਨਾਂ ਦੇ ਪਿੱਛੇ ਕੰਪਨੀ ਦਾ ਹੋਣ ਕਰਕੇ ਤਾਂ ਪਤਾ ਲੱਗਦਾ ਸੀ ਅਤੇ ਪਰ ਉਹਨਾਂ ਨੇ ਰਹਿਣੀ ਬਹਿਣੀ ਕਹਿਣੀ ਕਥਨੀ ਤੋਂ ਪਤਾ ਹੀ ਲੱਗਦਾ ਵੀ ਸਿੱਖ ਨਹੀਂ ਕਰੇ ਜਾਂ ਇਹਨਾਂ ਦੇ ਬਜ਼ੁਰਗ ਕਿਤੇ ਸਿੱਖ ਆਏ ਹੋਣਗੇ। ਅਸੀਂ ਗੁਰਮੁਖੀ ਪੜ੍ਹਦੇ ਨਹੀਂ, ਅੰਗਰੇਜ਼ੀ 'ਚ ਲੱਗੇ ਰਹਿੰਦੇ ਅਤੇ ਬੱਚਿਆਂ ਨੂੰ ਵੀ ਸਿਖਾਉਂਦੇ ਰਹਿੰਦੇ, ਘਰ ਵਿੱਚ ਡੰਡਾ ਖੜਕਾਉਣਾ ਪੈਣਾ ਆਦਮੀ, ਘਰ ਦਾ ਸਕੂਲ ਬਣਾਉਣਾ ਪੈਣਾ ਵੀ ਜਿਹਨੇ ਬੋਲਣਾ ਤਾਂ ਪੰਜਾਬੀ 'ਚ ਗੱਲ ਕਰੋ, ਗੁਰਮੁਖੀ ਲਿਖੋ ਪੜ੍ਹੋ, ਬੱਚਿਆਂ ਨੂੰ ਗੁਰਬਾਣੀ ਆਪ ਪਹਿਲਾਂ ਮਾਂ ਪਿਓ ਅੰਮ੍ਰਿਤਧਾਰੀ ਹੋਣਗੇ ਅਤੇ ਬੱਚੇ ਹੋਣਗੇ, ਅਤੇ ਨਹੀਂ ਤਾਂ ਫਿਰ ਦੇਖ ਲਓ ਜਿਵੇਂ ਇੱਥੇ ਕਈ ਪਰਿਵਾਰ ਆ ਕੇ ਖਤਮ ਹੋ ਚੁੱਕਿਆ ਅਤੇ ਫਿਰ ਸਾਡੇ ਵੀ ਕੋਈ ਦੂਜਿਆਂ ਦੀ ਗੱਲ ਨਹੀਂ, ਸਾਡੇ ਵੀ ਉਧਾਰ ਬਣ ਸਕਦੀ। ਅਤੇ ਜਿਵੇਂ ਆਪ ਜੀ 6 ਉਧਾਰਨਾਂ ਸੁਣੀਆਂ ਸੀਗੀਆਂ ਉਵੇਂ ਸਾਨੂੰ ਫਿਰ ਪੜ੍ਹੋ, ਜੇ ਮਾਤਾ ਕਰਦੈ ਕੁੰਨੇ ਕੋਇਲਿਆ ਮੰਦੇ ਅਮਲ ਕਰ ਦਿਆ ਇਹ ਸਜਾਏ ਤਨਾ। ਬੇਨਤੀ ਦਾ ਵੀ ਇੱਥੇ ਇੰਗਲਿਸ਼ ਦੇ ਵਿੱਚ ਨਾਲ ਪੜ੍ਹੋ, ਜਿਹੜੇ ਨਾ ਜਿਵੇਂ ਪ੍ਰਨਾਉਂਸ ਕਰ ਸਕਣ ਸਾਰੇ ਜਣੇ, ਇੰਗਲਿਸ਼ ਵਿੱਚ ਹੋਊਗਾ ਤਾਂ ਕਈ ਬੱਚੇ ਬੈਠੇ ਨੇ ਘੱਟ ਤੋਂ ਘੱਟ ਰੋਮਨ ਇੰਗਲਿਸ਼ ਵਿੱਚ ਪੜ੍ਹ ਲੈਣਗੇ ਅਤੇ ਪਤਾ ਲੱਗ ਜੂਗਾ। ਤਾਂ ਦੇਖੋ ਮਾਂ ਪਿਓ ਨੇ ਜਾਣ ਤਾਂ ਦੇ ਦਿੱਤਾ ਪਰ ਆਪਦੀ ਮਾਂ ਬੋਲੀ ਨਾਲ ਜੋੜੇ ਨੇ, ਉਹਨਾਂ ਵਾਸਤੇ ਚਾਈਨੀ ਭਾਸ਼ਾ ਵਰਗੀ ਮਾਂ ਲੱਗਦੀ, ਆਪਦੀ ਮਾਂ ਜਿਹੜੀ ਚਾਈਨੀ ਭਾਸ਼ਾ ਵਰਗੀ ਲੱਗਦੀ। ਪੁੱਛਿਆ ਬੱਚਿਆਂ ਨੂੰ ਕਿ ਤੁਸੀਂ ਗੁਰਮੁਖੀ
Can you sound the way to feel like I am Chinese? Spanish language. ਤੇ ਮੈਂ ਕਿਹਾ ਸਕੂਲ 'ਚ ਕਿਸੇ ਕਹਿੰਦਾ ਕਹਿੰਦਾ ਮੈਂਡਰਿਨ ਮੈਂ ਕਿਹਾ ਤੁਸੀਂ ਮੈਂਡਰਿਨ ਸਿੱਖ ਕੀਤਾ ਮੈਂ ਕਹਿੰਦਾ ਫਿਰ ਅੱਗੇ ਜੋ ਚੀਨੇ ਆਉਣਗੇ ਤੇ ਅਸੀਂ ਉਹਨਾਂ 'ਤੇ ਜੋਬ ਵਗੈਰਾ ਤੁਹਾਨੂੰ ਵਧੀਆ ਮਿਲਣੀ ਮੈਂ ਕਿਹਾ ਉਹਦੇ ਵਾਸਤੇ ਮੈਂਡਰਿਨ ਸਿੱਖੀ ਜਾਂਦੇ ਹਾਂ ਅਤੇ ਕਿਤੇ ਆਹ ਗੁਰਮੁਖੀ ਸਿੱਖ ਕੇ ਦੇਖੋ ਜੇ ਨਾ ਸੱਚ ਖਾਣ ਦੀਆਂ ਪੌੜੀਆਂ ਤੁਹਾਨੂੰ ਲੱਭਣ ਤੁਹਾਨੂੰ ਉਹ ਹੀ ਸਿਖਾਉਣੀ ਇਨਕਮ ਬੇਨਤੀ ਦੱਸਦੇ ਸਾਰੇ ਜਾਣੇ ਪੂਰਾ ਸਲੋਕ ਪੜ੍ਹੋ ਜੀ ਮੰਦੇ ਅਮਲ ਕਰ ਦਿਆ ਕਹਿੰਦੇ ਮੰਦੇ ਅਮਲ ਕਰਦੇ ਹਾਂ ਕਹਿੰਦੇ ਇਹ ਨੇ ਜਿਵੇਂ 6 ਸਜ਼ਾ ਮਿਲੀਆਂ ਹੋਈਆਂ ਜਿਹੜੇ ਆਪ ਜੀ ਨੂੰ ਕੋਰਟ ਪ੍ਰਚਾਰ ਕਰਦੇ 2 ਸਾਲ ਦੇ ਕੋਰਸ ਕਰਕੇ ਦੱਸ ਦਿਓ ਉਹਨਾਂ ਨੂੰ ਅਸੀਂ ਪੜ੍ਹ ਕੇ ਆਏ ਹਾਂ ਅਤੇ ਸੁਣ ਕੇ ਵੀ ਆਏ ਹਾਂ ਆਹ ਹਾਲਤ ਬਣਦੀ ਹੈ ਅਤੇ ਕਿਵੇਂ ਕੱਢ ਦੂੰਗੇ 1380 ਅੰਕ ਤੋਂ ਕਈਆਂ ਨੂੰ 1430 ਅੰਕ ਤਕਲੀਫ ਹੋਈ ਪਈ ਹੈ ਅਤੇ ਇਹ ਤਾਂ ਵਿਚਾਲੇ ਆ ਇਹਨੂੰ ਕੀ ਕਰੋਗੇ ਫਿਰ ਆਪ ਜੀ ਨੂੰ ਜਾਗਣਾ ਪੈਣਾ ਸਾਹ ਸੰਗਤ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ ਅਤੇ ਪੜ੍ਹਿਆ ਮੁਕਤੀ ਵੀ ਦਿੰਦੀ ਹੈ ਜੀਵਨ ਜਾਚ ਵੀ ਦਿੰਦੇ ਆ ਜੀ ਫਰੀਦਾ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁੜ ਵਾਤੇ ਇੱਕ ਦਿਨ ਇੱਕ ਚੰਗਾ ਫਿਰ ਪਾ ਕੇ ਆ ਗਿਆ ਬਣ ਆ ਕੇ ਅਤੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰੇ ਕਈ ਬੜੀਆਂ ਫਿਰ ਝੂਠੀਆਂ ਨੇ ਮਿੰਤਾਂ ਜੇ ਕਰ ਦਿਖਾਉਂਦੇ ਨਾ ਅੱਧੇ ਖੁੱਬੇ ਜੇ ਹੋ ਕੇ ਵਿੰਗੇ ਜੇ ਹੋ ਕੇ ਗੱਲਾਂ ਕਰ ਪਰ ਪੂਰਨ ਸਾਧੂ ਮਰੇ ਚਲਿੱਤਰ ਨਹੀਂ ਕਰੇ ਚੱਲਦੇ ਜਦੋਂ ਆ ਕੇ ਕੀਤੇ ਚਲਿੱਤਰ ਜੇ ਹੱਥ ਜੇ ਬੜੇ ਬੰਦ ਅਤੇ ਬੜਾ ਨਿਮਾਦਾ ਹੋ ਕੇ ਗੱਲ ਕਰਦਾ ਅਤੇ ਬਾਬਾ ਬਾਬਾ ਫਰੀਦ ਜੀ ਨੇ ਦੇਖੇ ਉਹਦੇ ਚਲਿੱਤਰ ਅਤੇ ਫਿਰ ਸਲੋਕ ਉਚਾਰਿਆ ਜੀ ਕੰਨ ਮੁਸੱਲਾ ਸੂਫ ਗਲ ਕਹਿੰਦੇ ਮੁਸੱਲਾ ਭਾਵ ਜਿਹੜੇ ਉੱਤੇ ਜਿਹਨੂੰ ਵਿਛਾ ਕੇ ਅਤੇ ਮੁਸਲਮਾਨ ਭਰਾ ਨਵਾਜ਼ ਪੜ੍ਹਦੇ ਨੇ ਉਹ ਕਿੱਥੇ ਰੱਖਿਆ ਹੋਇਆ ਕੰਨ ਚੰਗੀ ਤਰ੍ਹਾਂ ਪੜ੍ਹਨ ਕੰਨ ਕਹਿ ਕੇ ਭਾਵ ਮੋਢੇ ਉੱਤੇ ਰੱਖਿਆ ਜੀ ਦਿਲ ਕਾਤੀ ਗੁੜਵਾਤ ਕਹਿੰਦੇ ਦਿਲ ਵਿੱਚ ਤੇਰੇ ਕਾਤੀ ਹੈ ਪਤਾ ਹੀ ਹੈ ਕਈਆਂ ਨੇ ਅੰਦਰੋਂ ਛੁਰੀਆਂ ਚਲਾਉਂਦੇ ਆ ਕਹਿੰਦੇ ਹੁੰਦੇ ਨਾ ਮੂੰਹ ਵਿੱਚ ਰਾਮ ਰਾਮ ਅਤੇ ਬਗਲ 'ਚ ਛੁਰੀ ਕਹਿੰਦੇ ਹੁਣ ਜਿਹੜੀ ਤੇਰੀ ਜੀਵ ਆ ਉਹ ਤਾਂ ਤੇਰੀ ਬੜੀ ਮਿੱਠੀ ਆ ਤੇਰੀ ਗੁੜ ਵਰਗੀ ਆ ਸ਼ੱਕਰ ਵਰਗੀ ਲਾ ਲਓ ਮਿਸ਼ਰੀ ਵਰਗੀ ਲਾ ਲਓ ਕਹਿੰਦੇ ਬੋਲੀ ਤਾਂ ਤੇਰੀ ਬੜੀ ਚੰਗੀ ਹੈ ਅਤੇ ਮਨ ਵਿੱਚ ਤੂੰ ਕੀ ਤੂੰ ਕੱਢਦਾ ਸਾਰਿਆਂ ਨੂੰ ਕੋਈ ਤੇਰੇ ਮੂਹਰੇ ਆ ਜੇ ਬਾਬੀ ਜੜ੍ਹਾਂ ਕੱਢਣ ਨੂੰ ਫਿਰ ਦੱਸ ਤੱਕ ਬੇਨਤੀ ਕਰਨੀ ਚਾਹੁੰਦਾ ਬਾਬਾ ਨਾਨਕ ਸਿੰਘ ਦਾ ਬਚਨ ਬਾਬਾ ਨਾਨਕ ਸਿੰਘ ਕਹਿੰਦੇ ਸੀ ਜੇ ਸਿੱਖ ਸਿੱਖ ਨੂੰ ਪਿਆਰ ਕਰਨ ਲੱਗ ਜੇ ਨਾ ਕਹਿੰਦੇ ਇਹ ਇੱਕ ਜਿਹੜਾ ਆਪਾਂ ਕਹਿੰਦੇ ਰਾਜ ਕਰੇਗਾ ਖਾਲਸਾ ਬਾਬੇ ਕਹਿੰਦੇ 6 ਮਹੀਨੇ ਆਏ ਰਲ ਕੇ ਕੱਢ ਲੈਣਾ ਇੱਕ ਇਹ ਅਤੇ 6 ਮਹੀਨਿਆਂ 'ਚ ਰਾਜ ਆ ਜੂ ਕਿਤੇ ਬਾਹਰ ਭੱਜਣ ਦੀ ਲੋੜ ਨਹੀਂ ਪੈਣੀ ਜੰਗ ਵੀ ਨਹੀਂ ਕਰਨੀ ਪੈਣੀ ਆਪਸ ਵਿੱਚ ਇੰਨੀ ਤਰੱਕੀ ਨੇ ਕਿਵੇਂ ਤਰੱਕੀ ਕਰਦੇ ਉਹ ਇੱਕ ਦੂਜੇ ਮਦਦ ਕਰਦੇ ਸਾਹ ਸੰਗਤ ਫਾਈਨੈਂਸ਼ੀਅਲੀ ਵੀ ਅਤੇ ਫਿਜੀਕਲੀ ਤੌਰ 'ਤੇ ਤਾਂ ਮੁਸਲਮਾਨ ਭਰਾ ਦੇਖ ਲਓ ਵਿਆਜ 'ਤੇ ਨਹੀਂ ਪੈਸੇ ਦਿੰਦੇ ਅਤੇ ਬਿਨਾਂ ਵਿਆਜ 'ਤੇ ਇੱਕ ਦੂਜੇ ਨੂੰ ਮਦਦ ਕਰਨੀ ਇੱਕ ਮੁਕਤੀਨਾਮਾ ਮਹਾਰਾਜ ਨੇ ਵਿਚਾਰਿਆ ਸੀਗਾ ਕਲਕੱਤਾ ਪਾਤਸ਼ਾਹ ਨੂੰ ਉਹਦੇ ਵੀ ਆਉਣ ਵਾਲੇ ਦਿਨਾਂ 'ਚ ਵਿਚਾਰ ਆਊਗੀ ਮਹਾਰਾਜ ਨੇ ਉਹਦੇ ਵਿੱਚ ਹੀ ਬੜੇ ਭੇਦ ਖੋਲ੍ਹੇ ਉਹਦੇ ਵਿੱਚ ਵੀ ਮਹਾਰਾਜ ਨੇ ਵਚਨ ਕੀਤਾ ਸੀਗਾ ਵੀ ਸਿੱਖ ਨੇ ਪਹਿਲਾਂ ਤਾਂ ਕਰਜ਼ਾ ਨਹੀਂ ਲੈਣਾ ਅਤੇ ਫਿਰ ਜਦੋਂ ਹੱਥ ਬੰਨ ਕੇ ਖੜ੍ਹੇ ਹੋ ਗਏ ਮਹਾਰਾਜ ਕੁਛ ਕਰੋ ਕਿਰਪਾ ਕਈ ਆ ਲੋੜ ਪੈ ਜਾਂਦੀ ਹੈ ਅਤੇ ਮਹਾਰਾਜ ਨੇ ਫਿਰ ਦੂਜੀ ਬੇਨਤੀ ਉੱਤੇ ਫਿਰ ਵਚਨ ਕੀਤਾ ਸੀਗਾ ਵੀ ਜੇ ਭਾਈ ਲੋੜ ਪੈ ਜਾਵੇ ਤਾਂ ਸਿੱਖ ਨੇ ਸਿੱਖ ਤੋਂ ਵਿਆਜ ਨਹੀਂ ਲੈਣਾ ਅਤੇ ਮਹਾਰਾਜ ਵੀ ਸਾਡਾ ਕਾਰੋਬਾਰ ਕਿਵੇਂ ਕਰੇ ਅਸੀਂ ਤਾਂ ਹੁਣ ਜੇ ਪੈਲੀਆਂ ਕਿਵੇਂ ਨਾ ਤਾਂ ਇੱਕ ਦੂਜੇ ਲਵਾਂਗੇ ਜ਼ਿਮੀਂਦਾਰੀ ਵਿੱਚ ਪਤਾ ਹੀ ਆਪ ਜੀ ਦੁਕਾਨਦਾਰੀ ਵਿੱਚ ਵੀ ਐਵੇਂ ਹੈ ਅਤੇ ਜੇ ਨਾ ਵਿਆਜ ਲੈਣ ਤਾਂ ਫਿਰ ਇਹ ਬੜੀਆਂ ਸਾਰੀਆਂ ਚੀਜ਼ਾਂ ਸਾਨੂੰ ਵਰਤਣੀਆਂ ਪੈਣੀਆਂ ਇੱਕ ਵਾਰੀ ਫਿਰ ਪੜੋ ਜੀ ਕੰਨ ਮੁਸੱਲਾ ਸੂਫ ਗਾਲੇ ਦਿਲ ਕਾਤੀ ਗੁੜਵਾਤ ਹਾਂ ਬੜਾ ਤੂੰ ਸੂਫੀ ਬਣਿਆ ਪਰ ਜਿਹੜਾ ਤੇਰੇ ਦਿਲ ਵਿੱਚ ਜਿਹੜੀ ਹੈਗੀਆਂ ਤੇਰੀਆਂ ਬੁਰਾਈਆਂ ਪਰਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਭਾਈ ਮੀਤ ਮਾਰੇ ਕਹਿੰਦੇ ਮੇਰਿਆ ਭਰਾਵਾ ਮੇਰਿਆ ਮਿੱਤਰਾ ਤੂੰ ਕਿਸੇ ਦਾ ਬੁਰਾ ਨਾ ਤੱਕ ਤੈਨੂੰ ਜੀਵਨ ਵਿੱਚ ਕਿਤੇ ਤੰਗੀ ਨਹੀਂ ਆਊਗੀ ਜੇ ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤੇ ਕਹਿੰਦੇ ਬਾਹਰ ਚਾਨਣ ਦਿਸੀ ਜਾਂਦਾ ਪਰ ਅੰਦਰ ਕੀ ਹੈ ਤਾਂ ਰਾਤ ਪਈ ਪਈ ਆ ਭਾਵ ਹਨੇਰਾ ਪਿਆ ਪਿਆ ਹਨੇਰਾ ਕਿਹੜੀ ਗੱਲ ਹੈ ਬੜੇ ਵਧੀਆ ਬਾਬਾ ਬਚਨ ਸੁਣਿਆ ਸੀ ਬਾਬਾ ਨਾਨਕ ਸਿੰਘ ਦਾ ਬਾਬਾ ਜੀ ਕਹਿੰਦੇ ਕਹਿੰਦੇ ਬਹੁਤੇ ਲੋਕਾਂ ਨੂੰ ਆਪਦੀ ਤਰੱਕੀ ਦੀ ਕੋਈ ਇੰਨੀ ਖੁਸ਼ੀ ਨਹੀਂ ਜਿੰਨਾ ਕੁ ਦੂਜਿਆਂ ਨੂੰ ਦੇਖ ਕੇ ਤਰੱਕੀ ਦੇਖ ਕੇ ਸਾੜਾ ਪਿਆ ਬਹੁਤਾ ਆਇਆ ਸੀ ਵੀ ਉਹ ਕਿਵੇਂ ਇੱਥੇ ਪਹੁੰਚ ਗਿਆ ਉਹਦਾ ਕਿਵੇਂ ਐਂ ਹੋ ਗਿਆ ਮੇਰਾ ਨਹੀਂ ਹੋਇਆ
आप पिछले दिन दास एक घटना सुनावे एक सिखा की घटना सुन लो आप जिसे आने एक सिख बच्चे की पी आर हो गई कट्ठे पहला उतो जलंधरों पढ़ के आए सन दोनों बच्चे तो पढ़ाई भी कट्ठे ने उत्थे महला भी एक ही पढ़ाई भी कट्ठे ने की कॉलेज भी कट्ठे उत्थे जिहड़े कि वरिंदरा कॉलेज शहर नौ दसदे सी नौजवान उत्थे कट्ठे पढ़े तो सिटी विच भी आके कट्ठे ही पढ़े तो कुदरती सेम रैंक के उत्ते एक कंपनी सी काफ़ी वड्डी कंपनी तो उहदे विच कट्ठियां नूं नौकरी मिली आए भी एक दिन ही सन चलो जी एक दिन पी आर हो गई बड़ी खुशी हुई पर जब दूजे की पी आर ना आई ना साध संगत उन्हें इमीग्रेशन ईमेल लिखी जी असी पढ़ाई भी इकट्ठी की रहे भी आए सारा कुछ साडा सेम पैकेज भी साडा सेम है तो यही पी आर किवें होगी जी हुई थी बेचारे वो भी दोबारा डिप्लाइन कर दी पी आर अप्रूवल पासपोर्ट से लगी हुई जिन मतलब दो तीन महीने हो चुके सन जा कि पास रहे हैं असं जे एक दूजे तरक्की नहीं मंगा तो साड़ी किमें होगी जब अभी कम आ गया नानक नाम चढ़ती कला तेरे भाने सरबत का भला दूजे का भला ही ना मंगया तो फिर सिख किमें हो बड़िया चीज़ा घड़ी भजी जाती है तो बड़े सोने के श्लोक भी सुन वाले ने पर मजबूरी फिर क्या कि गौमत प्यारे के समय सर थोड़ी समाप्ति जरूर एक दूजे प्रेम करना आप सीखिए प्रेम के बंदगी वाले पास लगेंगे घर में आप गुरसिखी लेंगे बाकी दूजे गुरु घर जरूर जाके बेनती करो साड़ी जिम्मेवारी बन थोड़ी बनती है गुरु घर कदे खोलना नहीं थोड़ी गल बननी इन्हों कोई विद्या भी दो आई संगत में जोड़ना करो गुरु साहब की कृपा ने इतने सेंसरियाँ और कथा दिन क्लासा भी चल रही नौजवान बच्चे बच्चिया आगे सेंसर से कथा भी सीख रहे हैं आने वाले दिनों से काफ़ी गुरु साहब की कृपा प्रचार प्रचार हो रहे हैं तो एक ने सारे गुरु घर ही होना चाहिए कीर्तन सीख रहे बच्चे गुरु साहब की कृपा ने कॉम्पीटिशन है जो फस्ट आए बच्चे तो वो साड़ी जिम्मेवारी बन गई जोड़ा इस गुरु घर किसी गुरु घर में भी जाए तो वो सिखी सूह में फिर बाहर निकले वो मन को वह जी गल लगन से कल जोड़ना बाजे बजा दते तो ना गल नहीं बननी जिन्हें चर अभी अमृत नहीं छकेंगे गुरु वाले नहीं बना यही महापुरशन अगर बचन अब साढ़े भाई मरियाम सिंह जेडे भाई ध्यान सिंह बन गए ब्रदर भाई साहब ने उन्होंने जिन्होंने 84 वाले कई साल जेल भी कट्टी है जी आए उन्होंने गुरमुख प्यार ने भी तो यह रूहं आन गई तो चंगी सेहतं भी दूजे मिल गई तो जिन्होंने कोई आला जाना भी लिया पंथ वास्ते जिन्हों का पंथ ना कोई प्रेम तो कदों असं पंथ वास्ते शहीदी देवे तो पंथ की चढ़ती कला वास्ते कदों असं होर कोई कार्य करेंगे दस तो विचार कर दें तो एक ने बेअंत बेअंत भुलां गलतियां हुई कौड़े बोल भी निकले ने पर वो सिर्फ वो पिछले एक एक ही एम है तो जो कोई भैन भरा हो आपसे गुस्से गिले भी होंगे जिमें माँ साड़ी कहती होंगी छोटे होंगे नाले तो कुट लेना तो नाले माँ ने एक गल सुनी सन कहना अमड़ी लावे चमड़ी फिर भी अमड़ी की अमड़ी भाव माँ कुट भी लवे तो पर माँ माँ ही रही है भाव आप गुरसिखा इतों प्यार गुरपत्ता मीतं भाइया गुरु वाले पासों आप सारे सके भैन भरा तो जब सके भैन भरा हो प्रेम के बच्चे भी तो भावनी गुस्से कोई गल कह पर पिछे एम एक होना चाहिए कि असं एक दूजे लैके तो गुरु वाले पास करना होगा मैं मेरी छगनी त्यागनी है तो हुई दस दिन बेअंत बेअंत भुला गलतियाँ अर्थ करते हैं भी बेअंत अनर्थ भी हो गए होने तो गुरबाणी बहुत अगाध बोध है बाबा नानक सिंह ने बचने जे कोई कहो मैं गुरबाणी का अंत पा दूंगा ज अर्थ कर दूंगा कहने वो मूर्खता ही होनी कहने गुरु नानक की वड्याई नहीं कर सकते तू सुल्तान कहाओ मियाँ कहने तू सुल्तान होगा तो तेन मैं मियाँ कह के कह सकता कि मैं संसार ने दो चार चीज़ें ही देखी मैं गुरु नानक की वड्याई से की कह सकता तो जड़िया चंगिया सन वो मेरे गुरु नानक दियाँ सन जरूर आप जीवन में लेके आओ आप भी अमृतधारी होवो आप भी जुड़ो आप दिन आने वाली पीढ़िया ने भी जोड़ो अंग्रेजी इन्होंने आपे सीख लेनी तरक्की आपे कर जाएंगे जो गुरु वाले होंगे गुरसिख होंगे वाहेगुरु जी का खालसा वाहेगुरु जी की फतेह।